शिवा पर मोहे है शुभ कर मनते कबो ना डरू न डरू और सोच अब जाए लड़ू निश्चय कर अपनी जीत करू वाहगुरु जी का खालसा वाहिगुरु जी की फतेह ਆਪ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ ਇਸ ਪ੍ਰੋਗਰਾਮ ਦੇ ਹੁਣ ਤੱਕ ਅਸੀਂ ਆਪਜੀਤੀ ਸੇਵਾ ਵਿੱਚ 458 ਪਾਗ ਜਿਹੜੇ ਉਪੇਸ਼ ਕਰ ਚੁੱਕੇ ਹਾਂ 459 ਨੰਬਰ ਲੈ ਕੇ ਅੱਜ ਅਸੀਂ ਇੱਕ ਨਵਾਂ ਐਪੀਸੋਡ ਲੈ ਕੇ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਆਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ ਕਿਉਂਕਿ ਇਸ ਸਵਾਲ ਵਿੱਚ ਜਿੰਨੇ ਵੀ ਸਾਡੇ ਸਵਾਲ ਹੁੰਦੇ ਨੇ ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਗੁਰ ਬਾਣੀ ਤੇ ਗੁਰ ਫਰਸਤੇ ਦੇ ਆਧਾਰ ਤੇ ਹੀ ਦਿੱਤੇ ਜਾਣ ਕਿਉਂਕਿ ਕੋਈ ਵੀ ਜਿਹੜਾ ਜਦੋਂ ਆਪਣੀ ਸੋਚ ਨੂੰ ਅਸੀਂ ਕਿਸੇ ਵੀ ਗੁਰੂ ਦੀ ਸੋਚ ਦੇ ਨਾਲ ਮਿਲਾ ਕੇ ਪ੍ਰੋਗਰਾਮ ਕਰਦੇ ਆਂ ਤਾਂ ਉਹਦੇ ਵਿੱਚੋਂ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਪਰ ਇੱਕੋ ਇੱਕ ਪ੍ਰੋਗਰਾਮ ਹੈ ਜਿਹਦੇ ਜੋ ਵੀ ਅਸੀਂ ਵੀਰ ਜੀ ਦੱਸਦੇ ਨੇ ਉਹ ਸਿਰਫ ਗੁਰੂ ਤੇ ਗੁਰੂ ਸਾਹਿਬ ਜੀ ਦੀ ਸੋਚ ਬਾਰੇ ਹੀ ਦੱਸਦੇ ਹਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤੇ ਸਾਂਝੀ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਵਾਲ ਵੀਰ ਜੀ ਕੇ ਸਤਗੁਰ ਜੀ ਜਿਹੜੇ ਨੇ ਹੈਰਪਿੰਡ ਦੇ ਵਿੱਚ ਪਹੁੰਚੇ ਨੇ ਉੱਥੇ ਹਮੀਰਦਾਸ ਦੇ ਕੋਲ ਰੁਕੇ ਨੇ ਜਿਹੜਾ ਕਿ ਮਹੰਤ ਸੀ ਤੇ ਉਹਦੇ ਕੋਲ ਸਤਗੁਰ ਜੀ ਨੇ ਤੁਸੀਂ ਦੱਸਿਆ ਕਿ ਇੱਕ ਦਿਨ ਉੱਥੇ ਰੁਕੇ ਨੇ ਤੇ ਮੇਰਾ ਮਨ ਦੇ ਵਿੱਚ ਸਵਾਲ ਆ ਰਿਹਾ ਸੀ ਕਿ ਗਨੀਖਾਂ ਤੇ ਨਬੀਖਾਂ ਜਿਹੜੇ ਸੀ ਉਸ ਸਤਗੁਰੂ ਜੀ ਦੇ ਨਾਲ ਜਦੋਂ ਦੋਹੇ ਸਫ਼ਰ ਕਹਿ ਲਿਆ ਸ਼ੁਰੂ ਹੋਇਆ ਤਾਂ ਉਦੋਂ ਤੋਂ ਨਾਲ ਹੀ ਆ ਰਹੇ ਸੀ ਕਿ ਸਤਗੁਰੂ ਜੀ ਦੇ ਨਾਲ ਹੁਣ ਵੀ ਉੱਥੇ ਰਹਿ ਕੇ ਜਾਂ ਸਤਗੁਰੂ ਜੀ ਉਹਨਾਂ ਨੂੰ ਵਾਪਸ ਉਹਨਾਂ ਨੂੰ ਆਪਣੇ ਪਿੰਡ ਕਹਿ ਲਿਆ ਆਪਣੇ ਘਰ ਜਾਣ ਵਾਸਤੇ ਆਗਿਆ ਦੇ ਦਿੱਤੀ ਹੈ। ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿੱਥੇ ਲੜੀ ਨੂੰ ਜੋੜਿਆ ਜੀ ਉੱਥੇ ਲੜੀ ਨੂੰ ਗਾਂ ਤੋਂ ਰੰਦੇ ਲਈ ਵੀ ਤੇ ਖਾਸ ਕਰਕੇ ਤੁਹਾਡਾ ਸਵਾਲ ਆ ਬਹੁਤ ਕੀਮਤੀ ਆ ਜੀ ਕਿ ਨਬੀ ਖਾਂ ਤੇ ਗਣੀ ਖਾਂ ਹਾਂ ਜੀ ਉਹਨੋਂ ਦੇ ਕੀ ਬਣਿਆ ਜੀ ਕਿਉਂਕਿ ਜੇ ਆਪਾਂ 마ਸ਼ੀਵਾੜੇ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਇਤਿਹਾਸ 마ਸ਼ੀਵਾੜੇ ਤੋਂ ਲੈ ਕੇ ਦੱਸਿਆ ਹਾਂ ਜੀ ਪਿਛਲੇ 4-5 ਐਪੀਸੋਡ ਦੇ ਵਿੱਚ ਬਿਲਕੁਲ ਉਹਦੇ ਵਿੱਚ ਨਬੀ ਖਾਨ ਤੇ ਗਨੀ ਖਾਨ ਦਾ ਮਹੱਤਵ ਬਹੁਤ ਜ਼ਿਆਦਾ ਹੈ ਜੀ ਉਹਨਾਂ ਦੀ ਬੜੀ ਸੇਵਾ ਆ ਔਰ ਇਹ ਸੇਵਾ ਜਿਹੜੀ ਕਮਾਲ ਦੀ ਸੇਵਾ ਆ ਕਿ ਇੱਕ ਤਾਂ ਨੰਗੇ ਪੈਰੀ ਚੱਖਣਾ ਆਪਣੇ ਉੱਚੇ ਪੀਰ ਦਾ ਪਲੰਗ ਨੰਗੇ ਪੈਰੀ ਪਲੰਗ ਚੱਕ ਕੇ ਉਹ ਤੁਰੇ ਔਰ ਪਿੰਡ-ਪਿੰਡ ਤੁਰੇ ਜਾਂ ਜੀ ਔਰ ਕਿੰਨੇ ਦਿਨ ਤੁਰਿਆ ਹਾਂ ਹਾਂਜੀ ਔਰ ਫਿਰ ਔਖੇ ਸਮੇਂ ਦੇ ਵਿੱਚ ਜਦੋਂ ਪਹਿਲੇ ਲੱਗੇ ਹੋਏ ਜਦੋਂ ਨਾਕੇ ਲੱਗੇ ਹੋਏ ਉਹਨਾਂ 'ਚੋਂ ਲੰਗਾਉਣਾ ਸੋ ਬਹੁਤ ਵੱਡੀ ਸਿਵਾ ਤੇ ਮੈਂ ਨਵੀਂ ਖਾਂ ਦੇ ਗਣੀ ਖਾਂ ਦੀ ਗੱਲ ਕਰਨ ਤੋਂ ਪਹਿਲਾਂ ਪੂਰੇ ਕਾਫਲੇ ਦੀ ਗੱਲ ਕਰ ਲੈਂਦੇ ਹਾਂ ਜੀ ਜਿਹੜਾ ਕਾਫਲਾ ਸਤਗੁਰੂ ਦੇ ਨਾਲ ਹੇਰ ਪਹੁੰਚਿਆ ਸੀ ਪਿੰਡ ਹੇਰ ਵਿਕਾਨデア ਹੇਰ ਵਿਕਾਨデア ਪਿੰਡ ਹੇਰ ਜਿਹੜਾ ਕਾਫਲਾ ਪਹੁੰਚਿਆ ਸੀ ਉਹਦੀ ਆਪਾਂ ਗੱਲ ਕਰਦੇ ਹਾਂ ਨਵੀਂ ਖਾਂ ਦੇ ਗਣੀ ਖਾਂ ਤਾਂ ਹੈਗੇ ਸੀ ਜੀ ਜੀ ਉਹਦਾ ਜ਼ਿਕਰ ਤੁਸੀਂ ਕੀਤਾ ਤਿੰਨ ਸਿੱਖ ਸੀ ਸਤਗੁਰੂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹਨਾਂ ਦੇ ਪਾਪਾ ਜਿਗਰ ਪਹਿਲਾਂ ਕੀਤਾ ਕਿ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਤਾਂ ਦੋਨੇ ਪੰਜਾਂ ਪੈਰਾਂ ਚੋਂ ਸੀ ਦੋਨੀਆਂ ਨੇ ਪੰਜਾਂ ਪਾਰਾਂ ਚੋਂ ਤਿੰਨ ਜਿਹੜੇ ਸੀ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਚ ਦੋ ਨਾਲ ਬਾਹਰ ਨਿਕਲੇ ਸੀ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਸਤਗੁਰੂ ਦੇ ਨਾਲ ਦੇਖਲੇ ਬਾਹਰ ਭਾਈ ਮਾਨ ਸਿੰਘ ਜੀ ਭਾਈ ਮਨੀ ਸਿੰਘ ਦਾ ਸਭ ਤੋਂ ਛੋਟਾ ਭਰਾ ਸੀ ਜੀ ਔਰ ਗੁਰੂ ਸਾਹਿਬ ਦਾ ਗੜਬਈ ਸੀਗਾ ਜੀ ਇਹ ਵੀ ਚਮਕੌਰ ਦੀ ਗੜੀ ਚ ਸਤਗੁਰੂ ਦੇ ਨਾਲ ਬਾਹਰ ਆਏ ਸੀ ਸੋ ਤਿੰਨ ਸਿੱਖ ਸੀ ਸਤਗੁਰੂ ਦੇ ਨਜ਼ਦੀਕ ਕੀ ਦੋ ਭਰਾ ਨਬੀ ਖਾਂ ਤੇ ਗਣੀ ਖਾਂ ਪੰਜ ਨੇ ਹੋਗਾ ਤੇ ਹੇਅਰਪਿੰਡ ਤੱਕ ਪਹੁੰਚਦਿਆਂ ਪਹੁੰਚਦੇ ਹਾਂ ਇਹ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਨੂਰਪੁਰ ਤੋਂ ਹੀ ਹਾਂਜੀ ਜਿੱਥੇ ਮਾਛੀਵਾੜਾ ਵਾਲਾ ਨਾਕਾ ਲੱਗਾ ਸੀ ਫੌਜਦਾਰ ਦਾ ਗਲਾਵਰ ਖਾਂ ਦਾ ਉੱਥੋਂ ਹੀ ਤਿੰਨ ਪੀਰ ਸਤਗੁਰੂ ਦੇ ਨਾਲ ਤੁਰ ਪਏ ਸੀ ਹਾਂਜੀ ਇੱਕ ਤਾਂ ਉਹ ਪੀਰ ਜਿਹਨੂੰ ਸਤਗੁਰੂ ਨੇ ਚੇਚੇ ਤੌਰ ਤੇ ਸੱਦਿਆ ਸੀ ਜੀ ਗਵਾਈ ਪਾਉਣ ਦੇ ਲਈ ਇਹ ਇਨਾਤਲੀ ਨੂਰਪੁਰੀ ਕਾਜੀ ਪੀਰ ਮੁਹੰਮਦ ਸਲੋਵ ਵਾਲਾ ਜਿਹੜਾ ਸਤਗੁਰੂ ਦਾ ਫਾਰਸੀ ਦਾ ਉਸਤਾਦ ਰਿਹਾ ਸੀ ਉਹ ਤੇ ਇੱਕ ਪੀਰ ਹਸਰਾਲੀ ਮੋਠਮਾ ਇਹ ਜਿਹੜੇ ਪੀਰ ਸੀਗੇ ਤਿੰਨੇ ਤਾਂ ਉਥੋਂ ਨਾਕੇ ਤੋਂ ਨਾਲ ਤੁਰੇ ਸੀ ਪਰ ਜਦੋਂ ਸਤਗੁਰੂ ਜੀ ਪਿੰਡ ਜਨੇਰ ਚ ਚਿਰਾਗ ਸ਼ਾਹ ਦੇ ਦੇ ਦੇਗਾ ਉਥੋਂ ਚਿਰਾਗ ਸ਼ਾਹ ਵੀ ਨਾਲ ਤੁਰ ਪਿਆ ਜੀ ਨਾਲ ਪੀਰਾਂ ਦਾ ਤੁਰਨਾ ਬੜਾ ਜ਼ਰੂਰੀ ਸੀਗਾ ਉੱਚ ਦੇ ਪੀਰ ਦੀ ਮਾਨਤਾ ਵਜੋਂ ਜੀ ਜੀ ਤੇ ਫਿਰ ਚਿਰਾਗ ਸ਼ਾਹ ਵੀ ਨਾਲ ਤੁਰ ਪਿਆ ਤੇ ਜਦੋਂ ਪਿੰਡ ਸਤਗੁਰੂ ਹਲਵਾਰੇ ਕੋਲੋਂ ਲੰਘੇ ਆ ਆਲਮਗੀਰ ਤੱਕ ਉਥੋਂ ਨਾਲ ਪੀਰ ਸ਼ਬੀਗ ਸਿੰਘ ਹਲਵਾਰੀਆ ਨਾਂ ਰਲ ਗਿਆ ਸੋ ਹੇਰ ਪਿੰਡ ਪਹੁੰਚਣ ਤੱਕ ਸਤਗੁਰ ਦੇ ਨਾਲ ਵੱਡੀ ਮਾਨਤਾ ਵਾਲੇ ਇਸ ਇਲਾਕੇ ਦੇ ਪੰਜ ਪੀਰ ਸੀ ਮੈਂ ਜੇ ਕਹੋ ਤਾਂ ਨਾਂ ਦੁਬਾਰਾ ਦੁਹਰਾ ਦਿੰਦਾ ਤਾਂ ਕਿ ਸਾਡੇ ਇਹਨਾਂ ਦਰਸ਼ਕ ਉਹਨਾਂ ਤੱਕ ਵੱਲ ਪਹੁੰਚ ਜਵੇ ਪੀਰ ਚਿਰਾਗ ਅਲੀ ਜਿਹਨੂੰ ਇਮਲੀ ਵਾਲਾ ਪੀਰ ਦੇ ਤੌਰ ਤੇ ਵੀ ਜਾਣਦੇ ਅਜਨੇਰ ਵਾਲਾ ਪੀਰ ਸੀ ਇਹ ਚਿਰਾਗ ਅਲੀ ਜਨੇਰੀ ਕਹਿੰਦੇ ਚਿਰਾਗ ਸ਼ਾ ਅਜਨੇਰੀ ਕਹਿੰਦੇ ਆ ਔਰ ਇਹ ਪੀਰ ਸੀਗਾ ਉਸ ਤੋਂ ਬਾਅਦ ਇਨਾਤ ਅਲੀ ਨੂਰਪੁਰੀ ਵਾਲਾ ਤੇ ਨੂਰਪੁਰੀ ਆ ਪਰ ਨੂਰਪੁਰ ਪਿੰਡ ਤੋਂ ਸੀ ਅਨਾਤਲੀ ਸੈयद ਅਨਾਤਲੀ ਨੂਰਪੁਰੀ ਇਤਿਹਾਸ ਚ ਦਾ ਨਾਮ ਹੈ ਕਾਜੀ ਪੀਰ ਮੁਹੰਮਦ ਸਲੋ ਵਾਲਾ ਸ਼ਬੇਖ ਸਾਹ ਹਲਵਾਰੇ ਵਾਲਾ ਤੇ ਹਸਨ ali ਮੁੱਠਮਾ ਜੀ ਪੰਜ ਪੀਸੀ ਸਤਗੁਰੂ ਦੇ ਨਾਲ ਜਦੋਂ ਹੀਰ ਪਿੰਡ ਡੇਰੇ ਚ ਪਹੁੰਚੇ ਤੇ ਇੱਕ ਦੋ ਕੋਈ ਹੋਰ ਵੀ ਹੋਣਗੇ ਪਰ ਇਤਿਹਾਸ ਨੇ ਇਹਨਾਂ ਦਾ ਜ਼ਿਕਰ ਕੀਤਾ ਆ ਯਾਨੀ ਕਿ ਨਬੀ ਖਾਨ ਕਾ ਨੀ ਖਾਨ ਤਿੰਨ ਸਿੱਖ ਤੇ ਪੰਜ ਪੀ ਸੋ ਦਸਾਂ ਦਾ ਤੇ 11ਵੇਂ ਸਤਗੁਰੂ ਜੀ ਇਸ ਜਥੇ ਦਾ ਜ਼ਿਕਰ ਇਤਿਹਾਸ ਨੇ ਕੀਤਾ ਆ ਸਤਗੁਰੂ ਨੇ ਇੱਥੇ ਹੁਣ ਇੱਕ ਤਾਂ ਸਤਗੁਰੂ ਮੁਗਲਾਂ ਦੇ ਉਸਕੇ ਦੇ ਚੋਂ ਬਾਹਰ ਆ ਗਿਆ ਜੀ ਜੀ ਜਿੱਥੇ ਦਾ ਕੇਦੇ ਪਾਇ ਹੋ ਚੁਕਿਆ ਹਾਂਜੀ ਹੁਣ ਬਿਲਾ ਬਿਲਕੁਲ ਉੱਚ ਦੇ ਪੀਰ ਵਾਲਾ ਲਿਬਾਸ ਬਣਾ ਕੇ ਰੱਖਣ ਦੀ ਲੋੜ ਨਹੀਂ ਲੋੜ ਨਹੀਂ ਸੀ ਪਲੰਗ ਵੀ ਛੱਡ ਦਿੱਤਾ ਸਤਗੁਰੂ ਨੇ ਹੁਣ ਘੋੜੇ ਦੀ ਸਵਾਰੀ ਵੀ ਆਲਮਗੀਰ ਕਾਰ ਦੀ ਜਿੱਥੇ ਪਲੰਗ ਛੱਡਿਆ ਆ ਆਲਮਗੀਰ ਉਹ ਕੋ ਪਲੰਗ ਨੂੰ ਮੰਜੀ ਸਾਹਿਬ ਵੀ ਕਹਿੰਦੇ ਨੇ ਜਿੱਥੇ ਪਲੰਗ ਛੱਡਿਆ ਜਿੱਥੇ ਰੱਖ ਦਿੱਤਾ ਇਹ ਪਲੰਗ ਉਹ ਕਿਤੇ ਪਲੰਗ ਜਿਵੇਂ ਸਾਂਭਿਆ ਹੋਇਆ ਤੇ ਗੁਰਦੁਆਰਾ ਮੰਜੀ ਸਾਹਿਬ ਆ ਜੀ ਆਲਮਗੀਰ ਦੇ ਵਿੱਚ ਉੱਥੇ ਗੁਰਦੁਆਰਾ ਤੀਰ ਸਾਹਿਬ ਵੀ ਆ ਜਿੱਥੇ ਸੋ ਮੰਜੀ ਸਾਹਿਬ ਤੋਂ ਸਤਿਗੁਰੂ ਹੁਣ ਮੰਜੀ ਸਾਹਿਬ ਆਲਮਗੀਰ ਤੋਂ ਸਤਿਗੁਰੂ ਘੋੜੇ ਤੇ ਸਵਾਰੀ ਕਰ ਲਈ ਆ ਤੇ ਹੁਣ ਬਿਲਕੁਲ ਸਤਿਗੁਰੂ ਗਾਂਹੇ ਹੇਰ ਦਾ ਤੱਕ ਜਦੋਂ ਆ ਗਏ ਆ ਇੱਥੂ ਗਾ ਸਤਿਗੁਰ ਦਾ ਆਪਣਾ ਇਲਾਕਾ ਆ ਆਪਣੀ ਮਾਨਤਾ ਆ ਮੁਗਲਾਂ ਦਾ ਉਹਦਾ ਜ਼ੋਰ ਨਹੀਂ ਰਿਹਾ ਹੈਗਾ ਇੱਕ ਗੱਲ ਦੂਜਾ ਹੁਣ ਉੱਚੇ ਦੇ ਪੀਰ ਦੇ ਰੂਪ ਚ ਵੀ ਵਿਚਰਨ ਦੀ ਲੋੜ ਨਹੀਂ ਇੱਥੇ ਤੇ ਸਤਿਗੁਰ ਨੇ ਇੱਥੋਂ ਫੇ ਨਬੀ ਖਾਨ ਨੂੰ ਨਾ ਪਲੰਗ ਦੀ ਲੋੜ ਐ ਚੱਕਣ ਦੀ ਜੀ ਜੀ ਸੋ ਨਬੀ ਖਾਨ ਤੇ ਗਨੀ ਖਾਨ ਦੋਵਾਂ ਨੂੰ ਸਤਿਗੁਰ ਨੇ ਇੱਥੋਂ ਬਾਪ ਜਾਨ ਦਾ ਹੁਕਮ ਕਰ ਦਿੱਤਾ ਵੀ ਤੁਸੀਂ ਬਹੁਤ ਦਿਨ ਹੋ ਗਿਆ ਘਰੋਂ ਨਿਕਲੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਉੱਤੇ ਹੁਕਮਨਾਮਾ ਲਿਖ ਕੇ ਸਤਿਗੁਰੂ ਨੇ ਆਪਣੇ ਅਥੀ ਦਿੱਤਾ ਉਹਨਾਂ ਨੂੰ ਜੀ ਇਹ ਹੁਕਮਨਾਮੇ ਦੀ ਸ਼ਬਦ ਲਿਖੇਗੇ ਨਵੀ ਖਾਨ ਗਣੀ ਖਾਨ ਨੇ ਸਤਿਗੁਰੂ ਦੀ ਬਹੁਤ ਸੇਵਾ ਕੀਤੀ ਆ ਇਹ ਤਲੀ ਦੇ ਸਟਕਾ ਕੇ ਸੇਵਾ ਕਰਨ ਵਾਲੀ ਗੱਲ ਸੀਗੀ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਤੇ ਸਤਗੁਰੂ ਨੇ ਹੁਕਮਨਾਮਾ ਲਿਖ ਕੇ ਦਿੱਤਾ ਤੇ ਸਤਗੁਰੂ ਨੇ ਕਿਹਾ ਸਿੱਖਾਂ ਨੂੰ ਕਿ ਜਿਹੜਾ ਮੇਰਾ ਸਿੱਖ ਜੀ ਨਬੀ ਖਾਨ ਦੀ ਗਣੀ ਖਾਨ ਦੀ ਸੇਵਾ ਕਰੂਗਾ ਉਹ ਸੇਵਾ ਗੁਰੂ ਨੂੰ ਪ੍ਰਵਾਨ ਹੋਏਗੀ ਉਹ ਗੁਰੂ ਦੇ ਦਰਤੀ ਪ੍ਰਵਾਨ ਸਮਝੀ ਜਾਏਗੀ ਸੋ ਨਬੀ ਖਾਨ ਦੀ ਗਣੀ ਖਾਨ ਨੂੰ ਆਪਣਾ ਰੂਪ ਇੱਕ ਤਰ੍ਹਾਂ ਦਾ ਆਪਣੇ ਵਹੀ ਮਾਨਤਾ ਸਿੱਖਾਂ ਨੂੰ ਕਰਨ ਲਈ ਕਹਤਾ ਆ ਜੀ ਤੇ ਨਾਲ ਉਹਨਾਂ ਨੂੰ ਨਿਸ਼ਾਨੀ ਵਜੋਂ ਹਾਂਜੀ ਬਖਸ਼ਿਸ਼ ਵਜੋਂ ਕਹ ਲੋ ਨਿਸ਼ਾਨੀ ਵਜੋਂ ਕਹ ਲੋ ਮਾਨਤਾ ਵਜੋਂ ਕਹ ਲੋ ਜੋ ਮਰਜ਼ੀ ਕਹ ਲੋ ਸਤਗੁਰੂ ਨੇ ਖੁਸ਼ੀ ਵਜੋਂ ਉਹਨਾਂ ਨੂੰ ਸੋਨੇ ਦੇ ਦੋ ਕੜਿਆਂ ਦੀ ਸੋਨੇ ਦੇ ਕੜਿਆਂ ਦੀ ਜੋੜੀ ਦੀਆਂ ਦੀ ਦੋ ਕੜੇ ਦਿੱਤੇ ਹਾਂਜੀ ਤੋ ਇਹ ਜੋੜੀ ਦਾ ਜ਼ਿਕਰ ਜਦੋਂ ਮੈਂ ਇਤਿਹਾਸ ਪੜ੍ਹਦਾ ਸੀ ਮੈਨੂੰ ਦਿਖਾਇਆ ਚਮਕੌਰ ਤੋਂ ਲੈ ਕੇ ਕਿਤੇ ਨਹੀਂ ਆ ਰਿਹਾ ਜੀ ਜੀ ਨਾ ਸਤਗੁਰੂ ਤੇ ਕਿੰਨੀ ਮੰਦੀ ਦਾ ਜ਼ਿਕਰ ਆਇਆ ਸੀ ਪਰ ਮੁੰਦੇ ਜੀ ਕਿਤੇ ਵੀ ਗਾਹ ਗਿਆ ਆਇਆ ਤੇ ਸੋਨੇ ਦੇ ਕੜਿਆਂ ਦਾ ਜ਼ਿਕਰ ਆਉਂਦਾ ਆ ਤੇ ਮੈਂ ਸੋਚਦਾ ਆ ਆਮ ਤੌਰ ਤੇ ਵੀ ਸਤਗੁਰੂ ਜਦੋਂ ਔਖੇ ਸਮੇਂ ਜੰਗਾਂ ਦੇ ਸਮਿਆਂ ਦੇ ਵਿੱਚ ਸੀ ਸੋਨੇ ਦੇ ਕੜੇ ਵੀ ਪਾਣ ਕੇ ਰੱਖਦੇ ਸੀ ਇਹ ਸੋਨੇ ਦੀ ਮੁੰਦਰੀ ਵੀ ਪਾ ਕੇ ਰੱਖੀ ਸੀ ਇਹ ਜਦੋਂ ਤੁਹਾਡੇ ਕੋਲ ਕੋਈ ਤੁਹਾਨੂੰ ਦੌਲਤ ਨਾ ਰਹੇ ਤੇ ਔਖੇ ਵੇਲੇ ਕੰਮ ਆਉਣ ਵਾਲੀ ਗੱਲ ਹੈ ਕਿ ਸੋਨੇ ਦੀ ਵਖਾਵੇ ਵਾਸਤੇ ਨਹੀਂ ਵਖਾਵੇ ਵਾਸਤੇ ਨਹੀਂ ਇਹ ਔਖੇ ਵੇਲੇ ਕੰਮ ਆਉਣ ਵਾਲੀ ਹੈ ਕੰਮ ਆਉਂਦੀ ਹੈ ਹਾਂਜੀ ਕੰਮ ਆਉਂਦੀ ਹੈ ਆਨ ਦੀ ਲੋੜ ਆ ਕੰਮ ਆ ਸਕਦੀ ਆ ਤੇ ਸਤਗੁਰ ਨੇ ਇਹਨਾਂ ਨੂੰ ਇਹ ਸੋਨੇ ਦੀਆਂ ਕੜੀਆਂ ਨੂੰ ਜਿਹੜੇ ਸੀਗੇ ਜੋੜੀ ਸੀ ਗਨੀ ਖਾਣ ਗਨੀ ਹਮ ਦੇਤੀ ਜਿੱਥੇ ਮੁੰਦਰੀ ਕਟਵਾਈ ਸਤਗੁਰ ਨੇ ਉਹ ਮੁੰਦਰੀ ਉਸ ਲਹਾਰ ਦੇ ਦਿੱਤੀ ਸੀ ਸੋ ਮੋਹ ਨਹੀਂ ਜੀ ਤੁਹਾਡੇ ਕੋਲ ਸਮਾਇਆ ਹੋਣਾ ਚਾਹੀਦਾ ਆ ਉਹਦੇ ਨਾਲ ਮੋਹ ਨਹੀਂ ਹੋਣਾ ਪਰ ਉਹਦਾ ਮੋਹ ਨਹੀਂ ਹੋਣਾ ਚਾਹੀਦਾ ਜੀ ਜੀ ਤੋਂ ਮੋਨੀ ਹਲਾਸਾਤ ਉਨੂੰ ਉੱਥੇ ਦੇ ਜਿੱਥੇ ਜਿੱਥੇ ਰੋਡ ਪਈ ਪਰ ਇਹ ਇੱਕ ਤਰ੍ਹਾਂ ਦਾ ਸੁਰਮਾਇਆ ਹੀ ਹੈ ਔਖਿਆਂ ਬਿਲਿਆਂ ਚ ਕੰਮ ਆਉਣ ਦੇ ਲਈ ਤੇ ਜੇ ਅਸੀਂ ਕਹੀਏ ਕਈ ਜਰੀ ਕਈ ਸਕੇ ਕਰਦੇ ਗੁਰੂ ਸਾਹਿਬ ਨੇ ਹੀਰੇ ਜਵਾਹਰਾਤ ਪਹਿਨੇ ਸਾਨੂੰ ਵੀ ਪਹਿਨ ਲੈਣੇ ਚਾਹੀਦੇ ਹਾਂ ਇਹ ਮਣਾ ਵਾਲੀ ਕੋਈ ਗੱਲ ਨਹੀਂ ਦਾਤ ਬਰਾਦਰ ਦੇ ਤੌਰ ਤੇ ਬਹੁਤ ਵੱਡੀ ਮਣਾ ਵਾਲੀ ਗੱਲ ਨਹੀਂ ਪਰ ਸਿੱਖ ਨੇ ਸ਼ੌਕੀ ਨਹੀਂ ਕਰਨੀ ਜੀ ਜੀ ਸਿੱਖ ਨੇ ਦਿਖਾਵਾ ਨਹੀਂ ਕਰਨਾ ਸਿੱਖ ਨੇ ਦਿਖਾਵੇ ਵਿੱਚ ਨਹੀਂ ਪੈਣਾ ਸਿੱਖ ਨੇ ਸ਼ੌਕੀ ਵਿੱਚ ਨਹੀਂ ਪੈਣਾ ਸਿੱਖ ਨੇ ਸਾਦਾ ਜੀਵਨ ਜਿਉਣਾ ਹੈ ਤੇ ਗੁਰੂ ਸਾਹਿਬ ਨੇ ਜੋ ਕੁਝ ਕੀਤਾ ਉਹ ਤਰੀਕ ਤੁਸੀਂ ਨਹੀਂ ਕਰ ਸਕਦੇ ਬਿਲਕੁਲ ਗੁਰੂ ਸਾਹਿਬ ਦਾ ਫਿਰ ਜੀ ਸੀਦੇ ਜਵਾਰ ਨਾਲ ਪੈਣਦੇ ਤੇ ਗੁਰੂ ਗੁਰੂ ਸਾਹਿਬ ਆਪਣੇ ਪੁੱਤਰ ਵੀ ਮਾਰ ਦਿਆ ਜੀ ਸਾਡੀ ਕਿਸੇ ਦੀ ਸਮਰੱਥਾ ਉਸ ਪੱਧਰ ਦੀ ਨਹੀਂ ਪਰ ਜੰਗਾਂ ਜੁੱਧਾਂ ਦੇ ਸਮਿਆਂ ਦੇ ਵਿੱਚ ਜਦੋਂ ਜਿਹੋ ਜਿਹਾਂ ਉਦੋਂ ਜੰਗ ਤੇ ਜੁੱਧ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੀ ਇੱਕ ਤਰ੍ਹਾਂ ਦਾ ਸਰਮਾਇਆ ਕੋਲ ਰੱਖਣ ਦਾ ਸੋਨਾ ਕੋਲ ਰੱਖਣਾ ਸੌਖਾ ਤਰੀਕਾ ਸੀਗਾ ਜੀ ਜੀ ਕਰੰਸੀ ਨਹੀਂ ਰੱਖੀ ਜਾ ਸਕਦੀ ਕਰੰਸੀ ਰੱਖਣੀ ਔਖੀ ਆ ਮੋਹਰਾ ਸਾਹਮਣੀਆਂ ਉਦੋਂ ਔਖੀਆਂ ਹੁੰਦੀਆਂ ਸੀ ਭਾਰੀ ਹੁੰਦੀਆਂ ਸੀਗੀਆਂ ਪਰ ਸੋਨਾ ਜਿਹੜਾ ਬਾਹ ਦੇ ਉੱਤੇ ਪਾ ਕੇ ਕੜੇ ਦੇ ਰੂਪ ਦੇ ਵਿੱਚ ਪਾ ਕੇ ਸਾਹਮਣਾ ਸੌਖਾ ਆ ਜੀ ਜੀ ਮੁੰਦਰੀ ਦੇ ਰੂਪ ਚ ਕੜੇ ਦੇ ਰੂਪ ਦੇ ਵਿੱਚ ਤੇ ਇਹ ਕਿਤੇ ਜੰਗ ਦੇ ਮੈਦਾਨ 'ਚ ਕਦੇ ਤੁਸੀਂ ਨਿਕਲੇ ਆ ਕਦੇ ਨਹੀਂ ਹੈਗਾ ਤੁਸੀਂ ਇਹਨੂੰ ਦੇਖ ਕੇ ਦੇ ਹਥਿਆਰ ਵੀ ਲੈ ਸਕਦੇ ਆ ਇਹਨੂੰ ਦੇਖ ਕੇ ਕਿਸੇ ਨੂੰ ਪਛਾਣਦਾ ਪਾਉਣ ਦੀ ਸ਼ਕਤੀ ਵੀ ਕਰ ਸਕਦੇ ਆ ਇਹਨੂੰ ਵੇਚ ਕੇ ਕਿਸੇ ਦੀ ਮਦਦ ਵੀ ਕੀਤੀ ਜਾ ਸਕਦੀ ਸੋ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਜੰਗ ਜੁੱਦਾਂ ਦੇ ਇੱਕ ਤਰ੍ਹਾਂ ਦੇ ਤਰੀਕੇ ਹੁੰਦੇ ਸੋ ਸਤਿਗੁਰੂ ਨੇ ਉੱਥੇ ਇਹ ਕੜਿਆਂ ਦੇ ਵੈਸੇ ਜ਼ਿਕਰ ਪਹਿਲਾਂ ਚੰਗੌਣ ਤੋਂ ਲੈ ਕੇ ਨਹੀਂ ਆਇਆ ਮੈਂ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕੀਤੀ ਨੇੜੇ ਕਿ ਇੱਥੇ ਆ ਕੇ ਜ਼ਿਕਰ ਆਇਆ ਆ ਆਇਆ ਤੇ ਸਾਰੇ ਸਾਡੇ ਸਰਪੰਚਾਂ ਨੇ ਫਿਰ ਜਿਗਰ ਕੀਤਾ ਦੱਸੋ ਨਵੀਖਾਨ ਗਨੀਖਾਨ ਨੂੰ ਕੜਿਆ ਦੀ ਜੋੜੀ ਦਿੱਤੀ ਸਤਗੁਰੂ ਨੇ ਇਥੋਂ ਹੀ ਸਤਗੁਰੂ ਨੇ ਫਿਰ ਜਿਹੜੇ ਪੰਜ ਪੀਰ ਸੀਗੇ ਨਾਲ ਵਾਲੇ ਇਹਨਾਂ ਪੰਜਾਂ ਪੀਰਾਂ ਨੂੰ ਵੀ ਸਤਗੁਰੂ ਨੇ ਇਥੋਂ ਬੁਧਾਈ ਕੀ ਦਿੱਤੀ ਠੀਕ ਹੈ ਕਿ ਗਾਂ ਲੋੜ ਨਹੀਂ ਦੇਈ ਹੁਣ ਉੱਚਦੇ ਪੀਰ ਨਹੀਂ ਉੱਪਰ ਲੋੜ ਵੀ ਨਹੀਂ ਲਈ ਹੈਗੀ ਤੇ ਨਾਲ ਹੁਣ ਸਤਗੁਰੂ ਨੇ ਆਪਣੇ ਇਲਾਕੇ ਚ ਵਿੱਚੋਂ ਦਾ ਸਤਗੁਰੂ ਦੀ ਆਪਣੀ ਆਪਣੇ ਤਰ੍ਹਾਂ ਦੇ ਪ੍ਰੋਗਰਾਮ ਹੈ ਸਤਗੁਰੂ ਦੀ ਆਪਣੀ ਤਰ੍ਹਾਂ ਦੀ ਸੋਚ ਹੈ ਕਿ ਸਤਗੁਰੂ ਨੇ ਗਾਂ ਕੀ ਕਰਨਾ ਸਤਗੁਰੂ ਜੇ ਸਤਗੁਰੂ ਜਾਣਦੇ ਆ ਸੋ ਇਥੋਂ ਸਤਗੁਰ ਨੇ ਇਹਨਾਂ ਨੂੰ ਵਿਦਾਇਗੀ ਦਿੱਤੀ ਆ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸਤਗੁਰ ਨੇ ਰਾਤ ਦਾ ਪ੍ਰਸ਼ਾਦਾ ਜਿਹੜਾ ਸੀਗਾ ਉਹ ਹਮੀਰदास ਛਕਿਆ ਜੀ ਜੀ ਜਿਹੜੇ ਮਹਾਂਤ ਹਮੀਰਦਾਸ ਹਮੀਰਦਾਸ ਜੀ ਦੁਪਹਿਰ ਦਾ ਵੀ ਜੀ ਰਾਤ ਦਾ ਵੀ ਉੱਥੇ ਤਾਂ ਕਰਿਆ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਸਾਰਿਆਂ ਨੂੰ ਵਿਦਾਇਗੀਆਂ ਦਿੱਤੀਆਂ ਸਾਰਿਆਂ ਨੂੰ ਤੂਰ ਦਿੱਤਾ ਗਿਆ ਹੁਣ ਰਾਤ ਦਾ ਪ੍ਰਸ਼ਾਦਾ ਜਦੋਂ ਸਤਗੁਰ ਆ ਉਹ ਬੜੇ ਨਿਸ਼ਚਿੰਤ ਹੋ ਗਏ ਇਥੇ ਇੱਕ ਸਤਗੁਰ ਆ ਇੱਕ ਭਾਈ ਦਿਆ ਸਿੰਘ ਆ ਇੱਕ ਭਾਈ ਧਰਮ ਸਿੰਘ ਆ ਤੇ ਇੱਕ ਭਾਈ ਮਾਨ ਸਿੰਘ ਸਤਗੁਰ ਦੇ ਨਾਲ ਹੁਣ ਚਾਰੇ ਹੀ ਰਹਿ ਗਏ ਆ ਜੀ ਤੇ ਸਤਗੁਰ ਨੇ ਬੜੇ ਨਿਸ਼ਚਿੰਤ ਹੋਣ ਚਾਰੇ ਘੋੜਿਆਂ ਦੇ ਉੱਤੇ ਆ ਤੇ ਸਤਗੁਰ ਨੇ ਇੱਥੇ ਬੈਠ ਕੇ ਬੜੇ ਨਿਸ਼ਚਿੰਤ ਹੋ ਕੇ ਨਾਲ ਦੰਤ ਪੂਰ ਕੇ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕਦੇ ਛਕਦੇ ਹਮੀਰਦਾਸ ਨੇ ਭੁਮਕਾ ਜੀ ਬਨਉਣੀ ਸ਼ੁਰੂ ਕਰ ਦਿੱਤੀ ਹਾਂਜੀ ਮਹਾਂਤਮ ਵੀਰਦਾਸ ਕਹਿੰਦਾ ਸਤਗੁਰ ਸੱਚੇ ਬਾਦਸ਼ਾਹ ਬੜੇ ਸਤਕਾਰ ਨਾਲ ਕਹਿੰਦਾ ਸੀ ਜੀ ਪਰ ਭੁਮਕਾ ਬੰਦ ਦਿੱਤੀ ਹੂੰ ਹੂੰ ਕਿ ਸਤਗੁਰ ਸੱਚੇ ਬਾਦਸ਼ਾਹ ਸਾਡੀ ਜਿਹੜੇ ਨੇੜਲੇ ਪਿੰਡਿਆ ਨਾ ਹਲਵਾਰਾ ਹਾਂਜੀ ਇਹ ਵੀ ਮੁਸਲਮਾਨਾਂ ਦਾ ਪਿੰਡ ਆ ਜੀ ਤੇ ਉਹ ਸ਼ਬੀਖ ਸਾਹਿਬ ਹਮਾਰੇ ਲਈ ਵੀ ਉੱਥੇ ਹੋਰ ਪੀਰ ਨਹੀਂ ਜਾਣਾ ਤੇ ਪਤਾ ਲੱਗ ਜਾਂਦਾ ਉਹਨਾਂ ਨੂੰ ਹੂੰ ਹੂੰ ਉਹ ਔਰੇ ਪਿੰਡ ਹਲਵਾਰਾ ਵੀ ਮੁਸਲਮਾਨਾਂ ਦਾ ਪਿੰਡ ਆ ਬਹੁਤ ਤਗੜਾ ਪਿੰਡ ਆ ਲੜਾਕੇ ਪਿੰਡ ਆ ਜਿਹੜਾ ਸਾਡੇ ਨੇੜੇ ਪਿੰਡ ਤਲਵੰਡੀ ਆ ਹੂੰ ਹੂੰ ਇਹ ਵੀ ਮੁਸਲਮਾਨਾਂ ਦਾ ਪਿੰਡ ਆ ਹਾਂਜੀ ਹਾਂਜੀ ਪੂਰੇ ਸਾਰੇ ਮੁਸਲਮਾਨ ਆ ਹੂੰ ਹੂੰ ਤੇ ਹੈਗੇ ਵੀ ਇਹ ਹਕੂਮਤ ਪੱਖੀ ਵੀ ਆ ਜੀ ਤੇ ਲੜਾਕੇ ਲੜਾਕੇ ਵੀ ਆ ਹੂੰ ਹੂੰ ਉਹਨਾਂ ਜੇ ਕਿਸੇ ਨੂੰ ਮਾਰ ਦੇ ਜੀ ਵੀ ਕਹਿੰਦੇ ਪਿੰਖ ਬੈਕੀ ਨਾ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਆ ਤੇ ਉਹਨਾਂ ਨੇ ਚੜ ਕੇ ਆ ਜਾਣਾ ਛੜਾਇਆ ਜੀ ਜੀ ਤੇ ਆ ਕੇ ਧੀਰੇ ਤੇ ਹਮਲਾ ਕਰਨਗੇ ਤੇ ਮੇਰੇ ਕੋਲ ਇੰਨੀ ਪਾਇਆ ਨਹੀਂ ਹੈ ਜੀ ਹੁਣ ਮੈਂ ਦੱਸ ਕਹਿੰਦਾ ਕਿ ਮੈਂ ਉਹਨਾਂ ਦਾ ਮੁਕਾਬਲਾ ਮੁਕਾਬਲਾ ਕਰ ਸਕਾਂ ਮੇ ਕੋਈ ਨੀ ਦਫਰੀ ਹੈ ਦੀ ਕੋਈ ਨੀ ਤਾਕਤ ਨਹੀਂ ਹੈ ਨੀ ਕਿ ਆਲਦ ਵਾਲੇ ਇਲਾਕੇ ਦੋਨੇ ਪਿੰਡਾਂ ਵਾਲੇ ਆ ਤੇ ਮੈਂ ਤਾਂ ਅੱਗੇ ਡਰ ਕੇ ਦਿਨ ਕੱਟਦਾ ਹਾਂ ਹਾਂਜੀ ਤੇ ਉਹ ਹੈਗੇ ਵੀ ਲੜਾਕੇ ਆ ਹੈਗੇ ਵੀ ਹਕੂਮਤ ਪੱਖੀਆ ਤੇ ਇੱਥੇ ਅਸੀਂ ਤਾਂ ਡਰ ਕੇ ਦਿਨ ਕੱਟ ਰਹਾ ਹਾਂ ਹੂੰ ਹੂੰ ਤੇ ਮੇ ਕੋ ਮੁਕਾਬਲਾ ਨਹੀਂ ਹੋਣਾ ਸਤਿਗੁਰ ਜੀ ਤੇ ਇਹ ਸਰ ਕੇ ਤੁਹਾਨੂੰ ਮੇਰੀ ਬੇਨਤੀ ਇਹ ਆ ਵੀ ਤੁਸੀਂ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਜੀ ਲੰਮੇ ਪਿੰਡ ਚੰਦੋ ਮੇਰਾ ਲੰਮੇ ਪਿੰਡਾਂ ਦਾ ਲੰਮਾ ਜੱਟਪੁਰ ਲੰਮਾ ਵੀ ਆਖਿਆ ਗਿਆ ਇਤਿਹਾਸ ਦੇ ਵਿੱਚ ਉਹਨੂੰ ਰਾਏਕੋਟ ਦੇ ਡੇਡੇ ਵੀ ਆਖਿਆ ਗਿਆ ਸਤਪੁਰ ਵੀ ਫਿਰਦਾਲੂ ਸੀ ਵੀ ਲੰਮੇ ਪਿੰਡ ਜੇ ਚਲ ਜਿਓ ਲੰਮਾ ਪਿੰਡ ਇੱਕ ਤਾਂ ਹੈ ਸਿੱਖਾਂ ਦੀ ਵਸੂ ਗੁਰੂ ਘਰ ਦੇ ਸ਼ਰਧਾਲੂਆਂ ਦੀ ਵਸੂ ਜਾਰੀ ਆ ਹਾਂਜੀ ਇੱਕ ਦੂਜੀ ਗੱਲ ਇਹ ਆ ਕਿ ਉਹ ਲੋਕ ਤਖੜੇ ਆ ਇਸ ਇਲਾਕੇ ਵਿੱਚ ਜੋ ਮੁਸਲਮਾਨਾਂ ਦਾ ਹੈ ਹਲਵਾਰੇ ਵਾਲਿਆਂ ਦਾ ਤਲਵੰਡੀ ਵਾਲਿਆਂ ਦਾ ਕੋਈ ਮੁਕਾਬਲਾ ਕਰ ਸਕਦੇ ਤਾਂ ਲੰਮੇ ਪਿੰਡ ਦੇ ਗੜਪੁਰੇ ਵਾਲੇ ਲੰਮੇ ਪਿੰਡ ਵਾਲੇ ਕਰ ਸਕਦੇ ਆ ਜੀ ਸੋ ਤੁਸੀਂ ਉੱਥੇ ਚੱਲ ਜਾਓ ਹੂੰ ਹੂੰ ਉਹ ਲੜਨ ਜਣਨ ਤੋਂ ਬਿਲਕੁਲ ਡਰਦੇ ਨਹੀਂ ਜੀ ਜੀ ਤੇ ਉੱਥੇ ਜਾ ਕੇ ਤੁਹਾਡੀ ਵੀ ਸੁੱਖ ਸੰਧ ਹੋਊਗੀ ਤੇ ਇੱਥੇ ਮੇਰੀ ਵੀ ਸੁੱਖ ਸੰਧ ਹੋਊਗੀ ਠੀਕ ਹੈ ਹੁਣ ਮੀਰ ਦਾਸ ਦੀ ਸਤਗੁਰੂ ਨੇ ਬੇਨਤੀ ਸੁਣੀ ਆ ਪ੍ਰਸ਼ਾਦਾ ਸ਼ਖ ਲਿਆ ਸੀਗਾ ਜੀ ਜੀ ਪ੍ਰਸ਼ਾਦਾ ਸ਼ਖ ਤੋਂ ਬਾਅਦ ਸਤਗੁਰੂ ਨੇ ਬੇਨਤੀ ਸੁਣੀ ਆ ਤੇ ਸਤਗੁਰੂ ਨੇ ਕਿਹਾ ਮੀਰ ਦਾਸ ਤੂੰ ਤੁਰਕਾਂ ਤੋਂ ਡਰਦਾ ਡਰਦਾ ਹੀ ਰਹਿ ਗਿਆ ਜਿੱਤੇਰੇ ਮਨਜੀ ਡਰਿਆ ਨਾ ਹਾਂਜੀ ਤੇ ਬਾਹਰਲਾ ਡਰ ਕਦੀ ਖਤਮ ਨਹੀਂ ਹੁੰਦਾ ਖਤਮ ਨਹੀਂ ਹੋਣਾ ਹਾਂਜੀ ਹਾਂਜੀ ਤੂੰ ਤੁਰਕਾ ਤੋਂ ਡਰਦਾ ਤੇ ਡਰਦਾ ਹੀ ਰਹੇਗਾ ਤੈਨੂੰ ਡਰੇ ਹੋਏ ਨੂੰ ਹੋਰ ਡਰਾਉਣਗੇ ਇਹ ਬਸ ਦੁਨੀਆ ਦਾ ਸਿਧਾਂਤ ਆ ਜੇ ਕੋਈ ਮਨੁੱਖ ਕਿਸੇ ਤੋਂ ਡਰਦਾ ਹੋਵੇ ਤੇ ਜਿੱਤੋਂ ਡਰਦਾ ਹੋਵੇ ਉਹਨੂੰ ਦੂਜਾ ਹੋਰ ਡਰਾਉਂਦਾ ਹਾਂਜੀ ਜੇ ਉਹ ਅੱਗੋਂ ਆਕਰਕੇ ਖੜਾ ਹੋ ਜਵੇ ਜੀ ਤੇ ਫਿਰ ਉਹਨੂੰ ਡਰਾਉ ਨਹੀਂ ਕੋਈ ਵੀ جنگ ਹੋਊਗੀ ਇੱਕ ਵਾਰੀ ਜੀ ਜੀ ਤੇ ਜੰਗ ਦੇ ਵਿੱਚ ਜਿੱਤ ਹਾਰ ਹੋ ਜੂਗੀ ਸਦਾ ਦਾ ਸੰਸਾਰ ਖਤਮ ਹੋ ਜਾਊਗਾ ਕੋਈ ਗੱਲ ਨਹੀਂ ਪਰ ਜਿਹੜਾ ਡਰਦਾ ਹੋਊਗਾ ਉਹਨੂੰ ਲੋਕੀ ਡਰਾਉਂਦੇ ਡਰਾਉਂਦੇ ਹਾਂਜੀ ਇਥੇ ਥਾਈਲੈਂਡ ਦੇ ਵਿੱਚ ਵੀ ਨਾ ਗੱਲ ਆਗੂ ਆ ਹੂੰ ਹੂੰ ਕਹਿੰਦੇ ਜਿਹੜੇ ਨਸਲਵਾਦ ਦੇ ਪਹਿਲਾਂ ਪਹਿਲੇ ਜਦੋਂ ਹਮਲੇ ਹੁੰਦੇ ਹੁੰਦੇ ਸੀ ਨਾ ਹਾਂਜੀ ਜਿੱਥੇ ਸਿੱਖ ਬੈਠੇ ਹੁੰਦੇ ਸੀ ਉੱਥੇ ਘੱਟ ਹੁੰਦੇ ਸੀ ਜੀ ਜੀ 100 ਸਾਲ ਤੇ ਨਸਲਵਾਦ ਦੇ ਹਮਲੇ ਬਹੁਤ ਘੱਟ ਹੋਏ ਆ ਜੀ ਜੀ ਸਿੱਖ ਬੈਠੇ ਸੀ ਪਰ ਜਿੰਨਾ ਇਲਾਕਾ ਜ ਬੰਗਲਾਦੇਸ਼ੀ ਲੋਕ ਬੈਠੇ ਸੀ ਹਾਂਜੀ ਜਾਂ ਗੁਜਰਾਤੀ ਲੋਕ ਬੈਠੇ ਸੀ ਉਸੇ ਨਸਲਵਾਦ ਦੇ ਹਮਲੇ ਜ਼ਿਆਦਾ ਹੁੰਦੇ ਨੇ ਕਿਉਂਕਿ ਕਮਿਊਨਿਟੀਆਂ ਦੇ ਵਿੱਚ ਇੱਕ ਡਰ ਸੀਗਾ ਡਰ ਸੀ ਹਾਂਜੀ ਉਹ ਡਰ ਕੇ ਰਹਿੰਦੀਆਂ ਰਹੀਆਂ ਕਿ ਉਹਨਾਂ ਦੇ ਹਮਲੇ ਹੁੰਦੇ ਰਹਿ ਪਰ ਜਿੱਥੇ ਸਿੱਖ ਬੈਠਦੇ ਰਹਿ ਉੱਥੇ ਬ ਸੋ ਜਿਹੜੀਆਂ ਕਮਿਊਨਿਟੀਆਂ ਜਿਹੜੇ ਭਾਈਚਾਰੇ ਮਨੋਂ ਡਰਦੇ ਹੋਣ ਜਿਨ੍ਹਾਂ ਨੇ ਡਰ ਪਾਲੇ ਹੋਣ ਉਹਨਾਂ ਨੂੰ ਜੋਰਾਵਾਰ ਹੋਰ ਡਰਾਉਂਦੇ ਆ ਜੀ ਤੇ ਸਤਗੁਰੂ ਨੇ ਜਿਹੜੀ ਸਿਧਾਂਤ ਦੀ ਗੱਲ ਕਹ ਦਿੱਤੀ ਉਹਨੂੰ ਅਮੀਰਦਾਸ ਵੀ ਅਮੀਰਦਾਸ ਤੁਹਾਡੇ ਉਦਾਸੀਆਂ ਦੀ ਕਮਜ਼ੋਰੀ ਇਹ ਹੈ ਕਿ ਤੁਸੀਂ ਡਰਦੇ ਆ ਤੁਸੀਂ ਡਰਦੇ ਆ ਜਿਹੜੇ ਡਰਦੇ ਆ ਉਹਨਾਂ ਨੂੰ ਲੋਕੀ ਹੋਰ ਵੀ ਡਰਾਉਂਦੇ ਆ ਤੁਹਾਨੂੰ ਗੁਰੂ ਨੇ ਬਖਸ਼ੀਆਂ ਗੀਤਿਆਂ ਰਹਿਮਤਾਂ ਕੀਤੀਆਂ ਤੁਹਾਡੇ ਸਿਰ ਤੇ ਹੱਥ ਰੱਖਿਆ ਮੰਨਤ ਕਿਰਪਾਲ ਦੱਸਦੇ ਸਿਰ ਤੇ ਹੱਥ ਰੱਖਿਆ ਤੇਰੇ ਵਟਕੇ ਦੇ ਸਿਰ ਤੇ ਵੀ ਹੱਥ ਰੱਖਿਆ ਸੀ ਨਡਾਰੋ ਕੇ ਵਿਚਰੋ ਵਿਚਰਿਆ ਸੀ ਉਤਰਾ ਲਾ ਕੇ ਬਣਿਆ ਹਯਾਤ ਖਾਨ ਨੂੰ ਮਾਰ ਦਿੱਤਾ ਸੀਗਾ ਬਾਕੀ ਭੱਜ ਗਿਆ ਜੀ ਪਰ ਇਹ ਡਰ ਜਾਂਦੇ ਵੀ ਆਪਣੇ ਮਨਾਂ ਦੇ ਅੰਦਰੋਂ ਨਹੀਂ ਕੱਢਦੇ ਉਹ ਤੱਕ ਤੁਹਾਨੂੰ ਲੋਕਾਂ ਨੇ ਡਰਾਉਂਦੇ ਰਹਿਣਾ ਤੇ ਡਰ ਕੱਢ ਦਿਓ ਜੀ ਜੀ ਔਰ ਮੈਂ ਉਦਾਸੀ ਸੰਪਰਦਾ ਦੀ ਜਿਹੜੀ ਨਾ ਇਹ ਖੂਬੀ ਤੇ ਖਾਸੀਅਤ ਉੱਤੇ ਨਾਲ ਕਮਜ਼ੋਰੀ ਮੈਨੂੰ ਨਜ਼ਰ ਆਉਂਦੀ ਏ ਧਾਸ ਦੇ ਵਿੱਚ ਜੀ ਜੀ ਬੜੀ ਸੇਵਾ ਕੀਤੀ ਉਹਨਾਂ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਆ ਨਾ ਜਿਨ੍ਹਾਂ ਗੁਰਦਰਾਂ ਨੇ ਧਾਸ ਗੁਰਦਰਾਂ ਦੀ ਨਿਸ਼ਾਨਦੇਹੀ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਆਪਣੀ ਹੋਂਦ ਚੋਂ ਤੋਂ ਬਾਅਦ ਇੱਕ ਵੀ ਕਿਸੇ ਗੁਰਦੁਆਰੇ ਦੇ ਨਵੇਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਤਸਤੋਂ ਜੀ ਜੀ ਪਰ ਜਿੰਨੀਆਂ ਗੁਰਦੁਆਰੇ ਦੀ ਨਿਸ਼ਾਨਦੇਹੀ ਜਾਂ ਨਿਰਮਲੇ ਮਹਾਂਪੁਰਸ਼ਾਂ ਨੇ ਕੀਤੀ ਜਾਂ ਦਾਸੀ ਮਹਾਂਪੁਰਸ਼ਾਂ ਨੇ ਕੀਤੀ ਸੇਵਾ ਵੀ ਕੀਤੀ ਗੁਰਦਾਰੇ ਸਾਹਿਬ ਦੀ ਵੀ ਰੱਖਿਆ ਉਹ ਨਿਸ਼ਾਨਦੇਹੀਆਂ ਰੱਖਿਆ ਉੱਥੇ ਬਾਅਦ ਗੁਰਦਾਰੇ ਉੱਚੇ ਜਾ ਜੇ ਕਦੇ ਭਾਵੇਂ ਜੇ ਨਹੀਂ ਵੱਡਾ ਬਣਾ ਸਕੇ ਮੁਗਲ ਹਕੂਮਤ ਦਾ ਜ਼ੋਰ ਸੀ ਕਰੇ ਤੇ ਚਾਰ ਇਟਾਂ ਹੀ ਰੱਖ ਦਿੱਤੀਆਂ ਭਾਵੇਂ ਥੋੜਾ ਬਣਾ ਕੇ ਬੈਠ ਗਿਆ ਪਰ ਬੈਠੀ ਉੱਥੇ ਨਿਸ਼ਾਨਦੇਹੀ ਕਾਇਮ ਰੱਖੀ ਗੁਰੂ ਦੇ ਇਤਿਹਾਸ ਦੀ ਪਰ ਕਮਜ਼ੋਰੀ ਦੇ ਇੱਕ ਢਰਮ ਅੰਦਰ ਬੰਦ ਦੇਿਆ ਆ ਗੁਰੂ ਦੀ ਬਖਸ਼ੀ ਦੇ ਪੂਰੀ ਤਰ੍ਹਾਂ ਪਾਤਰ ਨਹੀਂ ਬਣ ਸਕੇ ਕੋਈ ਕਮੀ ਕਮੀ ਕੋਈ ਨਹੀਂ ਆ ਸਤਗੁਰੂ ਦੇ ਦਾ ਬਚਨਾਂ ਚ ਇਹ ਸਰ ਕੇ ਉਹਨਾਂ ਦੀ ਓਡੀ ਜਿੱਡੀ ਗੱਲ ਹੋਣੀ ਚਾਹੀਦੀ ਮੰਨਤਾ ਓਡੀ ਮਾ ਹਰ ਸਿੱਟੀ ਚ ਨਹੀਂ ਹੋ ਸਕੀ ਸੰਪਰਦਾ ਦੇ ਤੌਰ ਤੇ ਜਿੱਦੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਸੀ ਅੱਜ ਵੀ ਹੋਣੀ ਚਾਹੀਦੀ ਆ ਪਰ ਅਦਾਸੀ ਮਹਾਪੁਰਸ਼ਾਣੂ ਆਪਣੇ ਮਨੰਦਰੋਂ ਸਾਰੇ ਸੰਸੇ ਕੱਢ ਕੇ ਗੁਰੂ ਤੇ ਭਰੋਸਾ ਵੀ ਲੈ ਕੇ ਆਉਣਾ ਚਾਹੀਦਾ ਪੂਰੇ ਦਾ ਪੂਰਾ ਕਿ ਗੁਰੂ ਹਰ ਔਕ ਸੌਕ ਦੇ ਵਿੱਚ ਸਾਡੇ ਨਾਲ ਆ ਬਿਲਕੁਲ ਸੋ ਸਤਗੁਰੂ ਨੇ ਬਚਨ ਗਿਆ ਜੀ ਕਿ ਤੂੰ ਡਰਦਾ ਹੈ ਤੇ ਡਰਦਾ ਹੀ ਰਹੇਗਾ ਤੁਹਾਡੀ ਕਮਜ਼ੋਰੀ ਵੀ ਆ ਦਦੇ ਹੋਣ ਲੋਕੀ ਹੋਰ ਡਰਾਉਣਗੇ ਪਰ ਸਾਨੂੰ ਤੁਰਕਾਂ ਦਾ ਕੋਈ ਡਰ ਨਹੀਂ ਔਰ ਤੂੰ ਨਹੀਂ ਡੱਕ ਸਕਦਾ ਨਾ ਤੈਨੂੰ ਡੱਕ ਲਈ ਅਸੀਂ ਕਹਿੰਦੇ ਵੀ ਨਹੀਂ ਜੀ ਜੀ ਅਸੀਂ ਜੂ ਹੈਗੇ ਆ ਹਾਂ ਜੀ ਜੋ ਗੁਰੂ ਘਰ ਤੇ ਚੜ ਕੇ ਆਵੇਗਾ ਜੀ ਉਹ ਮੂੰਹ ਦੀ ਖਾਵੇਗਾ ਜੋ ਗੁਰੂ ਦੇ ਘਰ ਤੇ ਚੜ ਕੇ ਆਵੇਗਾ ਉਹ ਮੂੰਹ ਦੀ ਖਾਵੇਗਾ ਬਿਲਕੁਲ ਉਹ ਮੂੰਹ ਦੀ ਖਾਵੇਗਾ ਜੀ ਟਹਿ ਕੇ ਜਾਵੇਗਾ ਆਵੇਗਾ ਚੜ ਕੇ ਜੀ ਜੀ ਜਾਵੇਗਾ ਟਹਿ ਕੇ ਸਤਿਗੁਰਾਂ ਦੇ ਸਦਾ ਲਈ ਬਚਣਾ ਭਾਵੇਂ ਯੁੱਗ ਦੇ ਕਿਸੇ ਵੀ ਹਿੱਸੇ ਚਾਵੇ ਜਿਹੜਾ ਗੁਰੂ ਘਰ ਤੇ ਚੜ ਕੇ ਆਊਗਾ ਟਹਿ ਕੇ ਜਾਊਗਾ ਜੀ ਉਹ ਮੂੰਹ ਦੀ ਖਾਊਗਾ ਉਹ ਜੋ ਅੜੂਆ ਗੁਰੂ ਘਰ ਬੁਰੇ ਵਿਚੜੂ ਵਿਚੜੂਗਾ ਜੀ ਤੇ ਅਸੀਂ ਇਹ ਰਾਤ ਇੱਥੇ ਆਪਣੇ ਬਲਦੇ ਉੱਤੇ ਕੱਟਾਂਗੇ ਤੂੰ ਨਿਸ਼ਚਿੰਤ ਹੋ ਕੇ ਸੌ ਜਾ ਹਾਂਜੀ ਤੇ ਉਹ ਉਹ ਨਿਸ਼ਚਿੰਤ ਹੋ ਕੇ ਸੌ ਗਿਆ ਜੀ ਤੇ ਸਤਗੁਰੂ ਜੀ ساری ਰਾਤ ਜਾਗੇ ਜੀ ਬਚਨ ਕਿਹਾ ਹੀ ਨਹੀਂ ਸਤਗੁਰੂ ਜਾ ਕੇ ساری ਰਾਤ ਸ਼ੇਰੀ ਅੰਮ੍ਰਿਤ ਵੇਲੇ ਸਤਗੁਰੂ ਨੇ ਨੇਤ ਨੰਬੀ ਕੀਤਾ ਹਾਂਜੀ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਨੇਤ ਨੰਬੀ ਕੀਤਾ ਤਿਆਰੀ ਵੀ ਕੀਤੀ ਤੁਰਨ ਦੀ ਤਿਆਰੀ ਵੀ ਕੀਤੀ ਤੇ ਮੂੰਹ ਨੇਰੇ ਸਤਗੁਰੂ ਤੜਕੇ ਉੱਥੋਂ ਤੁਰਨ ਦੀ ਤਿਆਰੀ ਕਰ ਲੇ ਕਿ ਜਿਹੜਾ ਡਰਿਆ ਹੀ ਹੋ ਉਹਦੇ ਕੋਈ ਐਵੇਂ ਡੱਡਰ ਕੇ ਨਾ ਮਰਦਾ ਹੋਵੇ ਤੇ ਸਤਗੁਰੂ ਜੀ ਅੰਮ੍ਰਿਤ ਵੇਲੇ ਤੁਰੇ ਤੇ ਤੁਰਨ ਲੱਗਿਆਂ ਮਹਾਂਤ ਹਮੀਰਦਾਸ ਆ ਗਿਆ ਜੀ ਮਨਤਬੀਦਾਂ ਸਤਗੁਰੂ ਨੂੰ ਨੌਦ ਕੀਤੀ। ਹੂੰ ਹੂੰ। ਡੰਡੌਤ ਕਰਕੇ ਇਹਨੇ 5 ਪੈਸੇ ਜੀ ਆਪਣੇ ਹੱਥ ਤੇ ਲਾ ਕੇ ਨਾ ਸਤਗੁਰੂ ਨੂੰ ਪੇਟਾ ਦਿੱਤੀ। ਜੀ। ਐਂਦਾ। ਹਾਂਜੀ। ਚਰਨਾਂ ਤੇ ਰੱਖਣ ਦੀ ਬਜਾਏ ਕਿਉਂਕਿ ਸਤਗੁਰੂ ਥੇ ਸਿੱਕੇ ਹਾਂਜੀ ਖੜੇ ਤੇ ਇਹਨੇ ਹੱਥ ਤੇ ਰੱਖ ਕੇ ਸਤਗੁਰੂ ਕੋਡੇ ਤੇ ਸਵਾਰ ਹੋ ਚੁੱਕੇ। ਇਹਨੇ ਹੱਥ ਤੇ ਰੱਖ ਐਂਦਾ ਤੁਮੜ ਕੀ ਦਮਾ ਨਹੀਂ ਬੈਠਾ। ਤੇ ਸਤਗੁਰੂ ਨੇ ਹੱਥ ਦੇ ਉੱਤੋਂ ਪਾਸਾ ਚੱਕਣਾ ਨਹੀਂ ਕਰੀ। ਜੀ ਜੀ ਜੀ। ਹਾਂਜੀ। ਹਾਂਜੀ। ਜਦੋਂ ਹੱਥ ਤੇ ਰੱਖ ਐਂਦਾ ਕੀਤਾ ਤੇ ਸਤਗੁਰੂ ਨੇ ਇਹਨੂੰ ਕਿਹਾ ਵੀ ਹਮੀਰਦਾਸ ਹੁਣ ਸਤਗੁਰੂ ਖੁਸ਼ੀ ਦੇ ਖੜੇ ਜਾ ਵੀ ਅਦਮ ਕੀਤੀ ਆ ਜੀ ਪੇਟਾ ਲੈ ਕੇ ਵੀ ਆਇਆ ਬੇਸ਼ੱਕ 5 ਪੈਸੇ ਯਾਰ ਜਿੱਦੀ ਕੁਦੇ ਦੀ ਪਾਇਆ ਓਡੇ ਕੋ ਲੈ ਕੇ ਉਹਨਾਂ ਦੇ 5 ਪੈਸੇ ਦੀ ਬੜੀ ਗੱਲ ਹੁੰਦੀ ਸੀ ਜੀ ਤੇ ਸਤਗੁਰੂ ਤਾਂ ਆਪ ਸੁਨੇ ਦੇ ਕੜੀਆਂ ਸੁਨੇ ਦੇ ਘੜੇ ਦੇਣ ਵਾਲੇ ਆ ਸਤਗੁਰੂ ਤਾਂ ਇਸ ਹਾਲਾਤ ਵਿੱਚ ਲੋਕਾਂ ਨੂੰ ਵਰਦਾਨ ਦੇਣ ਵਾਲੇ ਆ ਬਖਸ਼ਿਸ਼ਾਂ ਵੰਡਣ ਵਾਲੇ ਆ ਤੇ ਸਤਗੁਰੂ ਨੇ ਇਹਨਾਂ ਨੂੰ ਕਿਹਾ ਵੀ ਜਦੋਂ ਨੇ ਮੁਠੀ ਤਾਂ ਖੋਲੀ ਨਾ 5 ਪੈਸੇ ਆ ਗਏ ਹਾਂਜੀ ਤੇ ਸਤਗੁਰੂ ਨੇ ਆਖਿਆ ਕਿ ਹਮੀਰ ਦਾਸ ਮੁਠੀ ਮੀਚਲਾ ਇਹ ਮੁਠੀ ਮੀਚਲਾ ਤੇ ਮਿਚੀ ਰੱਖੀ ਜੀ ਇਹ ਮਿੱਟੀ ਰੱਖੀ ਨੂੰ ਖਜ਼ਾਨੇ 'ਚ ਰੱਖਦੇ ਨੇ ਤੇ ਖਜ਼ਾਨੇ ਨੂੰ ਬਾਅਦ 'ਚ ਖੋਲੀ ਨਾ ਆਪਣੇ ਖਜ਼ਾਨੇ 'ਚ ਰੱਖਦੀ। ਇਹ ਖਜ਼ਾਨਾ ਤੇਰੀ 10 ਪੀੜ੍ਹੀ ਆ ਕੇ ਖੋਲ੍ਹੇਗੀ। ਠੀਕ। ਤੇ ਉਦੋਂ ਲਹਿਰਾਬਣਾ ਹੋਣਗੇ। ਹਾਂਜੀ। ਇਹ ਉਹ ਗੁਰੂ ਦੀ ਬਖਸ਼ਿਸ਼ ਹੋਊਗੀ। ਸੋ 10 ਪੀੜ੍ਹੀਆਂ ਤੱਕ ਇਹ ਖਜ਼ਾਨੇ ਨੂੰ ਖੋਲੀ ਨਾ 10ਵੀਂ ਪੀੜ੍ਹੀ ਤੇ ਰੱਖਿਆ ਜਾਣਾ। ਖੁੱਡੂਗੀ ਰੱਖਦੀ ਖਜ਼ਾਨੇ 'ਚ ਖਜ਼ਾਨਾ ਵੱਟ ਕਰਦੇ, ਦੱਬਦੇ। 10ਵੀਂ ਪੀੜ੍ਹੀ ਆ ਕੇ ਉਹਨੂੰ ਖੋਲ੍ਹੂਗੀ ਤੇ 10ਵੀਂ ਪੀੜ੍ਹੀ ਜਦੋਂ ਖੋਲ੍ਹੂਗੀ ਉਦੋਂ ਲਹਿਰਾਬਣਾ ਹੋਣਗੇ। ਸੋ ਸਤਿਗੁਰੂ ਇਹਨੂੰ ਵਰਦਾਨ ਦੇ ਕੇ ਜੀ। ਫੇਰ ਵੀ ਸਾਧੂ ਨੇ ਫਿਰ ਵਰਦਾਨ ਦੇ ਸਤਗੁਰੂ ਸਤਗੁਰੂ ਵਰਦਾਨ ਦੇ ਕਿ ਇਥੋਂ ਗਾਂ ਤੋਂ ਗਿਆ ਸਤਗੁਰੂ ਇਹਦਾ ਤੋਂ ਫਿਰ ਪਹੁੰਚਿਆ ਸੀਲੋਣੀ ਪਿੰਡ ਜੀ ਇਹਨੂੰ ਮਹੰਤ ਹੰਮੇਰਦਾਸ ਦੇ ਕੋਲੋਂ ਹੋ ਕੇ ਸੀਲੋਣੀ ਪਿੰਡ ਪਹੁੰਚੇ ਹੁਣ ਸੀਲੋਆਣੀ ਪਿੰਡ ਜਦੋਂ ਇਹ ਸੀਲੋਆਣੀ ਪਿੰਡ ਹੈਗਾ ਤਹਿਸੀਲ ਜਗਰਾਵਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਤਹਿਸੀਲ ਜਗਰਾਵਾ ਦੇ ਵਿੱਚ ਆਉਂਦਾ ਹੈ ਜਗਰਾਵਾ ਜਿਹੜੀ ਤਹਿਸੀਲ ਹੈ ਲੁਆਣਾ ਜ਼ਿਲ੍ਹੇ ਦੀ ਤਹਿਸੀਲ ਹੈ ਜੀ ਤੇ ਜਗਰਾਵਾ ਤਹਿਸੀਲ ਦੀ ਮਾਨਤਾ ਅੱਜ ਕੱਲ ਸਿੱਖਾਂ ਦੇ ਵਿੱਚ ਤਾਂ ਨਾਨਕ ਸਰਕਾਰ ਕੀ ਵੀ ਹੈਗੀ ਹੈ ਜਗਰਾਵਾਂ ਦੇ ਨੇੜੇ ਨਾਨਕ ਸਰ ਦਾ ਡੇਰਾ ਵੀ ਹੈਗਾ ਸੋ ਤਹਿਸੀਲ ਜਗਰਾਵਾਂ ਜਿਹੜਾ ਉੱਥੇ ਨੇੜੇ ਨੇੜੇ ਮਹਿਤਾਨਾਂ ਵੀ ਹੈ ਜਿੱਥੇ ਬੜਾ ਵਧੀਆ ਲੋਕੀ ਦਰਸ਼ਨ ਕਰਨ ਜਾਂਦੇ ਆ ਬੜਾ ਵਧੀਆ ਬਣਾਇਆ ਪੁਰਾਣੇ ਸਿੱਖਾਂ ਦੇ ਪੁੱਤ ਬਣਾਏ ਸਿਆ ਤਹਿਸੀਲ ਜਗਰਾਵਾਂ ਦਾ ਨਗਰ ਆ ਸ਼ੀਲੋਆਣੀ ਤੇ ਸ਼ੀਲੋਆਣੀ ਚ ਸਤਗੁਰੂ ਇਥੋਂ ਹੀ ਤੁਰ ਕੇ ਸਤਗੁਰੂ ਥੇਰ ਤੋਂ ਤੁਰਿਆ ਤੇ ਸ਼ੀਲੋਆਣੀ ਪਿੰਡ ਜਾ ਕੇ ਅਟਕਿਆ ਸ਼ੀਲੋਆਣੀ ਪਿੰਡ ਦੇ ਬਾਹਰ ਮਾਰਿਆ ਸਤਗੁਰੂ ਸਤਗੁਰੂ ਘੋੜੇ ਤੇ ਸਵਾਰਿਆ ਨਾਲ ਭਾਈ ਦਿਆ ਸਿੰਘ ਆ ਭਾਈ ਧਰਮ ਸਿੰਘ ਆ ਭਾਈ ਮਾਨ ਸਿੰਘ ਆ ਚਾਰੇ ਹੀ ਆ ਜੀ ਇਥੇ ਨੂਰਾ ਮਾਹੀ ਜਿਹੜਾ ਸੀਗਾ ਇਹ ਮੱਝਾ ਚਾਰਦਾ ਤੇ ਆਸ ਦੇ ਦਾ ਨਾਮ ਮਾਹੀ ਦਾ ਨਾਮ ਮਾਹੀ ਮਹੀਵਾਲ ਨੂੰ ਕਹਿੰਦੇ ਆ ਹਾਂਜੀ ਹਾਂਜੀ ਮੱਝਾ ਚਾਰਨ ਵਾਲੇ ਨੂੰ ਆਪਾਂ ਵਾਗੀ ਵੀ ਸ਼ਬਦ ਵੀ ਵਰਤ ਲੈਂਦੇ ਆ ਆਮ ਤੌਰ ਤੇ ਵਗ ਚਾਰਨ ਵਾਲਾ ਔਰ ਪਿੰਡਾਂ ਸ਼ਹਿਰਾਂ ਦੇ ਵਿੱਚ ਅੱਜ ਵੀ ਸ਼ੱਕ ਇਹ ਮਾਨਤਾ ਘਟ ਗਈ ਆ ਮਾਹੀ ਦੀ ਬੜੀ ਵੱਡੀ ਮਾਨਤਾ ਹੁੰਦੀ ਸੀ ਵਾਗੀ ਦੀ ਬੜੀ ਵੱਡੀ ਮਾਨਤਾ ਹੁੰਦੀ ਸੀ ਕਿਉਂਕਿ ਹਰ ਹੁੰਦੜੇ ਹੇ ਨੌਜਵਾਨ ਉਹਨੇ ਆਪਣੀ ਛੋਟੀ ਉਮਰ ਦੇ ਵਿੱਚ ਵਾਖੀ ਜ਼ਰੂਰ ਚਾਰੇ ਚਾਰੇ ਸੀ ਜੀ ਗੁਰਨਾਣਕ ਵੀ ਵਗ ਜਾ ਰਹੇ ਸੀ ਮੱਝਾ ਚਾਰੀਆਂ ਸੀ ਹਾਂਜੀ ਔਰੇ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਉਮਰ ਤੱਕ ਦੇ ਯਾਨੀ ਕਿ ਅੱਜ ਤੋਂ 50 60 ਸਾਲ ਪਹਿਲਾਂ ਵਾਲੇ ਜਿਹੜੇ ਆ ਉਹਨਾਂ ਨੂੰ ਪਤਾ ਕਿ ਪਿੰਡਾਂ ਦੇ ਆਲੇ ਦੁਆਲੇ ਸ਼ਾਮ ਲਾਟਾਂ ਛੱਡੀਆਂ ਹੁੰਦੀਆਂ ਸੀ ਕੁਝ ਇਲਾਕਾ ਜ਼ਰੂਰ ਛੱਡਿਆ ਹੁੰਦਾ ਸੀ ਸਾਰਾ ਇਲਾਕਾ ਨਹੀਂ ਸਿਵਾਇਆ ਹੁੰਦਾ ਜਿੱਥੇ ਖੁੱਲੀ ਛੱਡੀ ਹੁੰਦੀ ਸੀਗੀ ਉੱਥੇ ਵਾਗ ਚਾਰੇ ਜਾਂਦੇ ਹੁੰਦੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਇਹ ਸਾਰੀਆਂ ਚਾਰੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਪੱਠੇ ਉੱਦਾਂ ਘੱਟ ਹੁੰਦੇ ਸੀਗੇ ਪਰ ਉਹਨਾਂ ਨੂੰ ਚਾਰ ਕੇ ਫਿਰ ਆਕੇ ਉਹਨਾਂ ਦਾ ਚੋਇਆ ਜਾਂਦਾ ਸੀ ਤੇ ਨੂਰਾ ਮਾਹੀ ਜਿਹੜਾ ਸੀ ਇਹ ਵਕ ਨੂੰ ਚਾਰ ਰਿਆ ਸੀਗਾ ਮਾਹੀ ਚਾਰਨ ਵਾਲੇ ਜਿਹੜੇ ਹੁੰਦੇ ਸੀਗੇ ਬਾਗੀ ਇਹ ਆਮ ਤੌਰ ਤੇ ਬਹੁਤੇ ਜਿਹੜੇ ਹੁੰਦੇ ਸੀ ਇਹ ਮਾਲਕ ਨਹੀਂ ਸੀ ਹੁੰਦੇ ਬੱਕਰੇ ਜੀ ਜੀ ਬੱਕਰੇ ਦੇ ਮਾਲਕ ਵੱਡੇ ਸਰਦਾਰ ਹੁੰਦੇ ਸੀ ਪਰ ਚਾਰਨ ਵਾਲੇ ਜਿਹੜੇ ਬਾਗੀ ਹੁੰਦੇ ਸੀ ਬਾਹੀ ਹੁੰਦੇ ਸੀ ਇਹ ਉਹਨਾਂ ਦੇ ਮਜ਼ਾਰੇ ਹੁੰਦੇ ਸੀਗੇ ਜਾਂ ਉਹਨਾਂ ਦੇ ਡਾਕਰ ਹੁੰਦੇ ਸੀ ਏਦਾਂ ਕਹਿ ਲਓ ਪਰ ਵਿਸ਼ਵਾਸਪਾਤਰ ਨੌਕਰ ਹੁੰਦੇ ਸੀ ਬਾਗੀ ਜਿਹੜੇ ਹੁੰਦੇ ਸੀਗੇ ਕਿਉਂਕਿ ਇਹ ਨਾ ਹੋਵੇ ਕਿ ਬਾਕੀ ਬਾਕੀ ਚਾਰਨ ਗਿਆ ਤੇ ਮੱਝਾਂ ਹੀ ਲੈ ਕੇ ਘਾਹ ਨੂੰ ਤੁਰ ਜਵੇ ਏਦਾਂ ਦੀ ਗੱਲ ਨਾ ਹੋਵੇ ਕੋਈ ਵੀ ਸੋ ਇਹ ਵਿਸ਼ਵਾਸਪਤਰ ਹੁੰਦੇ ਸੀਗੇ ਤੇ ਪਸ਼ੂਆਂ ਦਾ ਖਿਆਲ ਰੱਖਦੇ ਹੁੰਦੇ ਸੀਗੇ ਇਹ ਘਰਾਂ ਦੇ ਪੇਟੀ ਵੀ ਹੁੰਦੇ ਸੀਗੇ ਇਹ ਇਤਵਾਰੀ ਹੁੰਦੇ ਸੀ ਬਹੁਤ ਸੋ ਨੂਰਾ ਮਾਹੀ ਜਿਹੜਾ ਸੀਗਾ ਇਹ ਸਤਗੁਰੂ ਨੂੰ ਉੱਥੇ ਮਿਲ ਪਿਆ ਜੀ ਸੀਲੋਆਣੀ ਪਿੰਡ ਦੇ ਬਾਹਰ-ਬਾਰ ਮੱਝਾਂ ਚਾਰਦਾ ਨੂਰਾ ਮਾਹੀ ਨਾ ਮਰਾਕਾਤ ਸਤਗੁਰੂ ਨੇ ਆਪ ਇਹਨੂੰ ਪਿਲਾਹੀ ਮੌਜ ਮਾਜ ਮਾਰੀ ਜੀ ਸਤਗੁਰੂ ਕੋਲ ਤਾਂ ਕਿਹੜੀ ਮਾਰਚ ਸੀਗੇ ਹਾਂ ਹਾਂ ਵਾਜ ਮਾਰ ਕੇ ਕਹਿੰਦੇ ਨੂੰ ਮਾਹੀ ਨੂੰ ਕਿ ਮੱਝ ਦਾ ਦੁੱਧ ਪਲਾ। ਇਹ ਨੂੰ ਹੱਥ ਜੁੜ ਕੇ ਕਹਿੰਦਾ ਸਤਿਗੁਰੂ ਮੱਝ ਦਾ ਕੋਈ ਸੱਜੇ ਸੂਈ ਹੈ ਹੀ ਨਹੀਂ। ਹੂੰ ਹੂੰ। ਮੇਰੇ ਪੂਰੇ ਬੱਕਰੇ ਦੇ ਵਿੱਚ ਕੋਈ ਸੱਜੇ ਸੂਈ ਮੱਝ ਹਨ ਨਹੀਂ ਗਈ। ਜੀ ਜੀ। ਮੈਂ ਦੁੱਧ ਕਿੱਦਾਂ ਪਲਾ ਦਿਆਂ। ਹੂੰ ਹੂੰ। ਸਤਿਗੁਰੂ ਨੇ ਕਹੋ ਔਸਰ ਝੂਟੀ ਸੀਗੀ। ਜੀ। ਉਹਦੇ ਵਾਲੇ ਸਤਿਗੁਰੂ ਨੇ ਇਸ਼ਾਰਾ ਕੀਤਾ। ਸਤਿਗੁਰੂ ਕਿਹਾ ਓ ਝੂਟੀ ਦੇ ਥੱਲੇ ਜਾ ਕੇ ਸਤਨਾਮ ਵਾਹਿਗੁਰੂ ਆ ਕੇ ਬੈਠ ਜਾ। ਜੀ। ਉਹਨੂੰ ਥਾਪੀ ਦੇ ਦੁੱਧ ਉਤਰੂਗਾ। ਜੀ। ਤੇ ਉਹ ਕਹਿੰਦਾ ਵੀ ਜਦ ਦੁੱਧ ਚੋਕ ਲਿਆ ਤੇ ਨੂਰਾ ਗੋ ਕਹਿੰਦਾ ਵੀ ਦੁੱਧ ਦੀ ਚੋਕੇ ਕਿੱਥੇ ਲਿਆਵਾ ਮੇਕ ਤਾਂ ਕੋਈ ਭਾਂਡਾ ਵੀ ਹੱਣੀਗਾ ਹਾਂਜੀ ਤੇ ਸਤਗੁਰੂ ਦੇ ਕੋਲ ਇੱਕ ਲੋਟਾ ਸੀ ਜੀ ਕਿਉਂਕਿ ਕਾਜਦੇ ਰੂਪ ਪਹਿਲਾਂ ਉਸਦੇ ਪੀਰ ਦੇ ਰੂਪ ਵੀ ਤੁਰਿਆ ਸੀ ਉਸਦੇ ਪੀਰ ਦੇ ਕੋਲ ਲੋਟਾ ਹੁੰਦਾ ਹੋਇਆ ਉਹਦੀ ਮੰਤਸਾ ਤੇ ਸਤਗੁਰੂ ਦੇ ਕੋਲ ਉਹ ਲੋਟਾ ਹੈਗਾ ਸੀ ਜੀ ਸੋ ਸਤਗੁਰੂ ਨੇ ਜਿਹੜਾ ਲੋਟਾ ਸਤਗੁਰੂ ਦੇ ਕੋਲ ਸੀ ਸਤਗੁਰੂ ਨੇ ਲੋਟਾ ਫੜਾਇਆ ਤੇ ਲੋਟਾ ਰੱਖਿਆ ਤਾਂ ਪੀਰ ਦੀ ਨਿਸ਼ਾਨੀ ਵਜੋਂ ਸੀ ਉਹਦੀ ਕੋਈ ਸਮਾਨ ਤਾਂ ਪਾਇਆ ਨਹੀਂ ਸੀਗਾ ਜੀ ਜੀ ਤੇ ਸਤਗੁਰੂ ਨੇ ਲੋਟਾ ਨੂੰ ਫੜਾਇਆ ਤੇ ਆਖਿਆ ਨੂਰਿਆ ਲੂਟਾ ਫੜ ਇਹਦੇ ਚੋਦੇ ਦੁੱਧ ਚੋਲਿਆ ਹਾਂਜੀ ਦੁੱਧ ਚੋਲਿਆ ਟਿੰਡ ਵਰਗਾ ਲੂਟਾ ਜਾਂ ਸੀਢੜ ਦਾ ਲੂਟਾ ਜਦੋਂ ਸਤਗੁਰੂ ਨੇ ਫੜਾਇਆ ਲੂਟਾ ਵੀ ਦੁੱਧ ਦੇ ਦੀ ਜੁੱਧ ਚੋਲਿਆ ਤੇ ਉਹਨੇ ਲੂਟਾ ਦੇਖੋ ਕਹਿੰਦਾ ਸਤਗੁਰੂ ਜੀ ਇਹ ਤਾਂ ਥੱਲਾ ਤਾਂ ਮੂਰੀਆਂ ਹੋਈਆਂ ਪਈਆਂ ਜੀ ਇਹਦੇ ਦੁੱਧ ਕਿੱਥੇ ਟਿਕਣਾ ਸਤਗੁਰੂ ਕਹਿੰਦੇ ਵੀ ਜਿਹੜੀ ਘੋੜੀ ਉਸਰੇਆ ਜਦੋਂ ਨੂੰ ਥਾਪੀ ਮਾਰ ਕੇ ਕਹੇਗਾ ਸਤ ਵਾਹਿਗੁਰੂ ਸਤਨਾਮ ਵਾਹਿਗੁਰੂ ਕਹੇਗਾ ਨਾ ਤੇ ਜੋ ਦੁੱਧ ਉਤਾਰ ਸਕਦੀ ਤੇ ਇਸ ਭਾਂਡੇ ਦੇ ਦੁੱਧ ਟਿਕ ਵੀ ਸਕਦਾ ਆ ਤੂੰ ਵਾਹਿਗੁਰੂ ਕਾ ਦੁੱਧ ਲਿਆ ਤਾ ਕਿਉਂ ਖਿਲਿਆ ਤੇ ਹੁਣ ਪੀਰ ਫਕੀਰਾਂ ਨੂੰ ਮੰਨਣ ਵਾਲਾ ਸੀ ਨੂਰਾ ਆਸਥਿਕ ਸ਼ਕਤੀ ਨੂੰ ਮੰਨਣ ਵਾਲਾ ਸੀ ਤਾਰਕਿਕ ਨਹੀਂ ਸੀ ਅਜ ਵਰਗਾ ਕਿੰਤੂ ਕਰਨ ਵਾਲਾ ਨਹੀਂ ਸੀ ਆਪਣੀ ਗੱਲ ਕਹਿ ਲਈ ਆ ਜੀ ਪਰ ਜੇ ਗੱਲ ਗੁਰੂ ਸਾਹਿਬ ਨੇ ਕਹੇ ਤੀ ਪੀਰ ਆ ਕੋਈ ਉਹਨੇ ਪੀਰ ਦੀ ਗੱਲ ਫਿਰ ਮੰਨ ਮੰਨ ਲਈ ਹਾਂਜੀ ਬਨ ਕੇ ਘੂੜੀ ਦੇ ਥੱਲੇ ਜਾ ਕੇ ਬੈਠਾ ਆ ਥਾਪੀ ਲਾਈਆ ਦੁੱਧ ਝੋਟੀ ਦੇ ਥੱਲੇ ਝੋਟੀ ਦੇ ਥੱਲੇ ਬਿਲਕੁਲ ਉਹ ਸਰ ਝੋਟੀ ਸ਼ਬਦ ਸੀਗਾ ਉਹਦੇ ਥੱਲੇ ਤੇ ਬਿਲਕੁਲ ਜਾ ਕੇ ਬੈਠਾ ਦੁੱਧ ਚੂਣ ਲੱਗਾ ਆ ਉਹ ਪਾਂਡਾ ਥੱਲੇ ਉਹਨੇ ਕੀਤਾ ਤੇ ਦੁੱਧ ਉਹਨੇ ਝੋਲਿਆ ਜੀ ਤੇ ਉਹਦੇ ਵਿੱਚ ਦੁੱਧ ਟਿੱਗ ਗਿਆ ਤੇ ਸਤਗੁਰੂ ਨੇ ਆਖਿਆ ਇਹ ਲੂਟਾ ਨਹੀਂ ਨੂਰਿਆ ਗੰਗਾ ਸਾਗਰੀ ਜਦੋਂ ਹਰਾਨ ਹੋਇਆ ਉਹ ਕਹਿੰਦੇ ਨੇ ਡੰਡਾ ਸਾਗਰੀ ਆਏ ਦੇ ਵਿੱਚ ਟਿੱਗਿਆ ਰਹਿਣਾ ਉਹ ਤਾਂ ਗੰਗਾ ਸਾਗਰੀ ਉਹਦਾ ਨਾਮ ਪੈ ਗਿਆ ਜੀ ਸੋ ਉਹ ਨੂਰੇ ਮਾਹੀ ਜਿਹੜਾ ਸੀਗਾ ਜੀ ਉਹਦੇ ਕੋਲੋਂ ਸਤਗੁਰੂ ਨੇ ਲੈ ਕੇ ਸਤਗੁਰੂ ਨੇ ਦੁੱਧ ਪੀਆ ਜੀ ਸਤਗੁਰੂ ਨੇ ਦੁੱਧ ਪੀ ਕੇ ਉਹ ਲੂਟਾ ਫਿਰ ਉਹਦੇ ਕੋਲ ਹੀ ਰਹਿਣ ਤਾ ਬਿਲਾ ਨੂਰੇ ਮਾਹਰ ਤੂੰ ਜਿਹੜਾ ਜਿਹੜੇ ਜਿਹੜੇ ਦੇਖ ਤੂੰ ਹੈਰਾਨ ਹੋਈ ਜਾਣਾ ਨਾ ਥੱਲੇ ਕਿ ਕਿਤਾਂ ਹੋ ਸਕਦਾ ਹੈ ਕਿ ਕਿਦਾਂ ਹੋ ਸਕਦਾ ਲੈ ਤੂੰ ਸਾਹ ਬਲਾਏ ਤੇ ਜਦੋਂ ਮਰਜੀ ਦੁੱਧ ਪਾਏਗਾ ਦੁੱਧ ਨਹੀਂ ਚੋਊਗਾ ਰੇਤਾ ਪਾਏਗਾ ਰੇਤਾ ਚੋ ਜੂਗੀ ਪਰ ਦੁੱਧ ਪਾਏਗਾ ਤੇ ਇਧਰ ਦੁੱਧ ਨਹੀਂ ਚੋਊਗਾ ਦੁੱਧ ਨਹੀਂ ਚੋਊਗਾ ਫਤਪੂਰੀ ਉਹ ਅੱਜ ਤੱਕ ਵੀ ਮਾਨਤਾ ਉਸ ਪਰਿਵਾਰ ਦੇ ਕੋਲ ਦਾ ਜੀਜੂਲਾ ਪਾਕਿਸਤਾਨ ਬੈਠਾ ਆ ਹਾਂਜੀ ਤੇ ਮੈਨੂੰ ਮਿਲ ਆ ਕਰਦਾ ਮੌਕਾ ਮਿਲਿਆ ਇੰਗਲੈਂਡ ਵੀ ਆਇਆ ਸੀ ਪੰਜਾਬੀ ਗਿਆ ਸੀ ਰਾਏਕੋਟ ਲੈ ਕੇ ਗਿਆ ਸੀ ਆਪਣੇ ਪੁਰਾਣੇ ਪਿੰਡਾਂ ਦੇ ਵਿੱਚ ਰਾਏ ਜੀਜੂਲਾ ਜੀ ਨੂਰੇ ਮਾਹੀ ਦੇ ਪਰਿਵਾਰ ਦੇ ਵਿੱਚ ਜਿਹਨੂੰ ਕਹਿੰਦੇ ਲਹਿਰਾ ਬਰਾ ਹੋ ਜਾਣਗੇ ਲੂਟ ਆਪਣੇ ਕੋਲ ਰੱਖੀ ਉਹਨਾਂ ਨੇ ਅੱਜ ਵੀ ਲੂਟਾ ਸਾਹਮਣੇ ਰੱਖਿਆ ਹੈ ਠੀ ਤੇ ਉਹ ਅੱਜ ਵੀ ਉਹ ਕਹਿੰਦੇ ਉਹ ਜੀ ਰੇਤਾ ਪਾਓ ਤੇ ਵਖ ਜਾਂਦੀ ਦੁੱਧ ਪਾਉਤ ਨਹੀਂ ਕੋਈ ਨਹੀਂ ਪਾਉਂਦਾ ਅੱਜ ਵੀ ਸਤਗੁਰੂ ਦੀਆਂ ਬਖਸ਼ਿਸ਼ਾਂ ਜਿਹੜੇ ਕਹਿੰਦੇ ਆ ਕਿ ਕਰਾਫਾਂਤ ਨਹੀਂ ਹੁੰਦੀ ਨਾ ਹੂੰ ਹੂੰ ਸਤਗੁਰੂ ਦੀ ਬਖਸ਼ਿਸ਼ ਤਾਂ ਹੁੰਦੀ ਆ ਭਾਈ ਜੀ 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 ਸਤਗੁਰੂ ਦੀਆਂ ਰਹਿਮਤਾਂ ਤਾਂ ਹੁੰਦੀਆਂ ਸਹਿਸਵਾ ਵਰਦੀਆਂ ਔਰ ਮੈਂ ਪਿੰਡਾਂ ਗਈ ਸੀ ਵੀ ਇਸ ਫੇਰੀ ਦੇ ਵਿੱਚ ਜੀ ਸਤਗੁਰੂ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਕਿਉਂਕਿ ਇੱਥੇ ਬਖਸ਼ਿਸ਼ਾਂ ਵਰਤੌਣ ਦੀ ਲੋੜ ਸੀ ਇੱਥੇ ਲਸ਼ਕਰ ਨਹੀਂ ਸੀ ਨਾਲ ਇੱਥੇ ਮਾਰੀ ਸ਼ਾਨੋਸ਼ਕਤ ਨਹੀਂ ਸੀ ਇੱਥੇ ਸੂਲ ਸੂਲਤਰ ਦੇ ਸ਼ਾਨੋਸ਼ਕਤ ਨਹੀਂ ਸੀ ਇੱਥੇ ਬਖਸ਼ਿਸ਼ਾਂ ਵਰਤਨੀਆਂ ਸੀਗੀਆਂ ਯਾਰਾ ਕਲਾ ਦੇਖਣੀ ਸੀ ਮਾਨਤਾ ਫਿਰ ਹੋਣੀ ਸੀ ਇੱਥੇ ਸਤਗੁਰੂ ਨੇ ਲੋਕਾਂ ਨੂੰ ਦੁਬਾਰਾ ਤਿਆਰ ਕਰਨਾ ਸੀ ਹਕੂਮਤ ਦੇ ਨਾਲ ਲੜਨ ਦੇ ਲਈ ਤੇ ਉਹ ਤਾਂ ਹੀ ਹੋਣਾ ਸੀਗਾ ਜੇ ਸਤਗੁਰੂ ਦੀਆਂ ਬਖਸ਼ਿਸ਼ਾਂ ਤੇ ਲੋਕਾਂ ਨੂੰ ਭਰੋਸਾ ਆਉਂਦਾ ਸੋ ਇੱਥੇ ਬਖਸ਼ਿਸ਼ਾਂ ਸਹਿਸ ਵਾਇ ਬਰੀਆਂ ਸਹਿਸ ਵਾਇ ਬਰੀਆਂ ਸਹਿਸ ਵਾਇ ਬਰੀਆਂ ਉਸ ਇਲਾਕੇ ਦੀ ਕਹਿ ਦਿਓ ਉਸ ਪਾਸੇ ਦੀ ਸੋਚ ਹੀ ਇਸ ਤਰ੍ਹਾਂ ਦੀ ਹੋਊਗੀ ਉਹਨਾਂ ਨੇ ਸਮਝ ਇਦਾਂ ਦੀ ਹੋਊਗੀ ਬਿਲਕੁਲ ਹਾਲਾਤ ਸੀ ਉਹਨਾਂ ਜੀ ਜੀ ਸੋ ਨੀਰਾ ਨੂਰਾ ਮਾਈ ਜਿਹਨੂੰ ਸਤਗੁਰੂ ਦੇ ਫੇਰ ਚਰਨਾ ਤੇ ਧੈ ਪਿਆ ਹਾਂਜੀ ਬਈ ਸਤਗੁਰੂ ਜੀ ਤੁਸੀਂ ਤਾਂ ਕਮਾਲ ਤੇ ਉੱਥੇ ਜਿੱਥੇ ਟਾਲੀ ਦੇ ਥੱਲੇ ਬੈਠ ਕੇ ਹਾਂਜੀ ਸਤਗੁਰੂ ਜੀ ਨੇ ਉਹ ਦੁੱਧ ਛਕਿਆ ਹਾਂਜੀ ਨੂਰੇ ਮਾਈ ਸਤਗੁਰੂ ਦੇ ਚਰਨਾ ਤੇ ਡੰਡੋਦ ਕੀਤੀ ਉੱਥੇ ਗੁਰਦੁਆਰਾ ਟਾਲੀਆਂ ਵਾਲਾ ਸਾਹਿਬ ਪਿੰਡ ਸੀਲੋਆਣੀ ਦੀ ਹੱਦ ਦੇ ਵਿੱਚ ਆ ਜੀ ਤੇ ਸਤਗੁਰੂ ਜੀ ਉੱਥੇ ਤੁਰ ਪਏ ਹਾਂਜੀ ਸੀਲੋਆਣੀ ਦੇ ਤੇ ਲੰਮੇ ਪਿੰਡ ਜਾਣ ਦੀ ਗੱਲ ਕੀਤੀ ਸੀ ਮਹੰਤ ਜਮੀਰਦਾਸ ਨੇ ਸਤਿਗੁਰੂ ਸਿੱਲੋ ਵਾਲੇ ਤੋਂ ਫੇਰ ਲੰਮੇ ਪਿੰਡਾਂ ਤੋਂ ਪਰਪੇ ਚੱਲੇ ਇਹਨਾਂ ਨੂੰ ਲੰਮੇ ਪਿੰਡਾਂ ਲੈ ਗਏ ਲੰਮੇ ਪਿੰਡਾਂ ਵਾਲੇ ਤੋਂ ਦੇਖ ਚਲਦੇ ਆ ਜਿਹੜੇ ਕਹਿੰਦੇ ਸ਼ਰਦਾਲੂ ਸੀਗੇ ਸਤਿਗੁਰੂ ਉਧਰੋਂ ਤੁਰ ਪਿਆ ਤੇ ਨੂਰਾ ਜਿਹੜਾ ਸੀਗਾ ਇਹ ਆਪਣੇ ਮਾਲਕ ਕੋਲ ਰਾਏਕੋਟ ਹਾਂਜੀ ਤੇ ਜਿਹੜਾ ਇਹਦਾ ਮਾਲਕ ਸੀਗਾ ਨੂਰੇ ਦਾ ਜਿਹਦੀ ਮੱਝਾ ਚਾਰਦਾ ਸੀ ਜਿਹਦੀ ਮੱਝਾ ਚਾਰਦਾ ਸੀਗਾ ਤੇ ਰਾਏਕੱਲਾ ਹੂੰ ਹੂੰ ਜਿਹੜਾ ਦਾ ਮਾਲਕ ਸੀਗਾ ਗੁਰੂ ਘਰ ਦਾ ਸ਼ਰਦਾਲੂ ਪਰਿਵਾਰ ਸੀ ਕਈ ਪੀੜੀਆਂ ਤੋਂ ਇਹ ਰਾਏਕੱਲਾ ਕੋਲ ਚਲ ਗਿਆ ਜੀ ਤੇ ਰਾਏ ਕੱਲਾ ਨੂੰ ਜਾ ਕੇ ਦੱਸਣ ਲੱਗਾ ਜੀ ਕਿ ਆ ਮੇਕੋ ਜਿਹੜਾ ਉਹ ਤਾਂ ਗੰਗਾ ਸਾਗਰ ਨੂੰ ਕਿਹਾ ਆ ਵੀ ਕੋਈ ਪੀ ਰਿਆ ਜੀ ਮੁਸਲਮਣ ਨਹੀਂ Hindu ਪੀ ਰਿਆ ਕੋਈ ਹਾਂਜੀ ਪਰ ਉਹਦਾ ਪੇਹ ਜਿਹੜਾ ਆ ਮੁਸਲਮਾਨ ਵਾਲਾ ਵੀ ਆ ਜੀ ਘੋੜੇ ਤੇ ਸਵਾਰ ਆ ਹੂੰ ਹੂੰ ਉਹਦੀ ਬੋਲੀ ਹਾਲੀ ਚੋ ਗੰਗਾ ਨਗਰ ਸ਼ਬਦਾ ਗੰਗਾ ਸਾਗਰ ਸ਼ਬਦਾ ਹੈ ਜੀ ਇਹਦਾ ਮੈਂ Hindu ਲੱਗਦਾ ਹੈ ਹੂੰ ਹੂੰ ਤੇ ਉਹ ਨਾ Hindu ਆ ਨਾ ਮੁਸਲਮਾਨ ਜੀ ਉਹ ਦੋਹਾਂ ਤੋਂ ਉੱਪਰ ਆ ਕੋਈ ਰੱਬ ਦਾ ਰੂਪ ਹੀ ਆ ਜੀ ਤੇ ਘੋੜੇ ਸਵਾਰ ਆ ਹਾਂਜੀ ਇਹਨਾਂ ਦਾ ਪੱਠਾ ਵੀ ਪਿੱਛੇ ਪਾਇਆ ਹੋਇਆ ਤੇ ਕਿਰਪਾਨ ਵੀ ਹੈਗੀ ਹਥਿਆਰਬੰਦ ਵੀ ਆ ਤੇ ਨਾਲ ਉਹਦੇ ਤਿੰਨ ਸਿੱਖ ਵੀ ਆ ਤੇ ਉਹਨੇ ਮੇਰੇ ਤੇ ਬਖਸ਼ਿਸ਼ ਕੀਤੀ ਤੇ ਉਹ ਕੌਤਕ ਸਾਰਾ ਦੱਸਿਆ ਵੀ ਝੋਟੀ ਜਿਹੜੀ ਸੀ ਅਫਸਰ ਝੋਟੀ ਉਹਦਾ ਵਿਦੂਦ ਚੋ ਹੋ ਗਿਆ ਤੇ ਜਿਹੜਾ ਥੱਲਾ ਸੀਗਾ ਜਿਹੜਾ ਡੁੱਟੀ ਲਾਣੀ ਸੀਗਾ ਉਹਦੇ ਚ ਦੁੱਧ ਟਿੱਗ ਗਿਆ ਜੀ ਤੇ ਰਾਏਕਲਾ ਕਹਿੰਦਾ ਹੋਵੇ ਨਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਜੀ ਤੇ ਮਾਨਤਾ ਸੀ ਇਹਦੀ ਬੜੀ ਰਾਏਕਲਾ ਦੇ ਬੰਦੇ ਵਿੱਚ ਗੁਰੂ ਗੋਬਿੰਦ ਸਿੰਘ ਲਈ ਇਹ ਉਸ ਪਰਿਵਾਰ ਜਿਹੜਾ ਜਿੱਥੇ ਸਤਗੁਰੂ ਜੀ ਚਮਕੌਰ ਦੀ ਗੜੀ ਤੋਂ ਪਹਿਲਾਂ ਗਿਆ ਸੀ ਹਾਂਜੀ ਜਿੱਥੇ ਜਿਹੜੇ ਭਾਈ ਮਨੀ ਸਿੰਘ ਦੇ ਭਰਾ ਸ਼ਹੀਦ ਹੋਏ ਉੱਥੇ ਛੱਡ ਕੇ ਉਹਨਾਂ ਨੂੰ ਆਏ ਸੀਗੇ ਇਹ ਉਹਨਾਂ ਦੀ ਰਿਸ਼ਤੇਦਾਰੀ ਚੋਂ ਪਰਿਵਾਰ ਬਾਅਦ ਚ ਬੰਦਾ ਮੈਂ ਉਹਦੀ ਵਿਸਤਾਰ ਬਾਅਦ ਮੈਂ ਇਸ ਗੱਲ ਕਰਨਾ ਸਮਾਂ ਹੁੰਦਾ ਯਾਰ ਮੈਂ ਜਾਣ ਕੇ ਪ੍ਰਸੰਗ ਬਣਨ ਲੱਗਾ ਮੈਂ ਬੰਨਣਾ ਨਹੀਂ ਕੋਈ ਸਮਾਂ ਨਹੀਂ ਡੀ ਆ ਗਿਆ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਸੋ ਇਹ ਰਾਏਕਲਾ ਜਿਹੜਾ ਅਸੀਂ ਮਾਨਤਾ ਬਣਾ ਸੀ ਗੁਰੂ ਘਰ ਦੇ ਉੱਤੇ ਇਹਦੀ ਬੜੀ ਮਾਨਤਾ ਸੀਗੀ ਗੁਰੂ ਘਰ ਦੇ ਉੱਤੇ ਸ਼ਰਧਾ ਬੜੀ ਸੀ ਨੰਦਪੁਰ ਦੇ ਸਾਹਿਬ ਸਤਗੁਰ ਦੇ ਦਰਸ਼ਨ ਕੀਤੇ ਹੋਏ ਸੀਗੇ ਤੇ ਇਹ ਕਿਦਾ ਵੀ ਕਹਿ ਕਿਧਰ ਨੂੰ ਆ ਉਹ ਕਹਿੰਦੇ ਲੰਮੇ ਪਿੰਡਾਂ ਨੂੰ ਗਿਆ ਤੇ ਰਾਏ ਕੱਲਾ ਆਪਣੇ ਨਾਲ ਕੁਝ ਪਤਵੰਤਿਆਂ ਨੂੰ ਲੈ ਕੇ ਵਾਹੂ ਦਾ ਹਾਈ ਕੋਟ ਸਵਾਰ ਹੋ ਕੇ ਲੰਮੇ ਪਿੰਡਾਂ ਲੰਮੇ ਪਿੰਡ ਨੂੰ ਪਰ ਪਿਆ ਹੈਗਾ ਆ ਸਤਗੁਰੂ ਲੰਮੇ ਪਿੰਡ ਪਹੁੰਚੇ ਆ ਉੱਥੇ ਜਾ ਕੇ ਸਤਗੁਰੂ ਨੇ ਅਜੇ ਡੇਰਾ ਕੀਤਾ ਹੀ ਆ ਤੇ ਮਗਰੇ ਹੀ ਇਹ ਰਾਏ ਕੱਲਾ ਜਿਹੜਾ ਰਾਏ ਕੋਟ ਦਾ ਮਾਲਕ ਆ ਵੱਡਾ ਜ਼ਗੀਰਦਾਰ ਆ ਨੂਰਾਜ ਦਾ ਨੌਕਰ ਸੀਗਾ ਨੂਰਾ ਮਾਹੀ ਇਹ ਰਾਏ ਕੱਲਾ ਵੀ ਉੱਥੇ ਪਹੁੰਚ ਗਿਆ ਹੈ ਜੀ ਇਥੇ ਆਪਾਂ ਗੱਲ ਕਰ ਬਿਲਕੁਲ ਜੀ ਰਾਏ ਕੱਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਗੱਲਬਾਤ ਹੋਈ ਕਿਦਾਂ ਉਹ ਮਿਲਿਆ ਇਹਦੇ ਬਾਰੇ ਅਸੀਂ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਪ੍ਰੋਗਰਾਮ ਕਰਦਿਆਂ ਕਰਕੇ ਕੋਈ ਗਲਤੀ ਹੋ ਗਈ ਹੋਵੇ ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਜਿੱਥੇ ਇਸ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣਿਓ ਸੁਣਿਓ ਬੜੇ ਪਿਆਰ ਸਤਿਕਾਰ ਦੇ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਪான்ਸਰ ਵੀ ਜ਼ਰੂਰ ਕਰਾਇਆ ਕਰੋ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫੇਰ ਮੁਲਾਕਾਤ ਹੋਵੇਗੀ ਇਥੇ ਫਤਿ ਬਿਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ दे पर मोहे है शुभ कर मनते कबो ना डरू न डरू और सोच अब चाय लड़ू निश्चय कर अपनी जीत करू